ਸੋ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਇੱਕ ਬੜਾ ਵੱਡਾ ਦਿਨ ਸੀਗਾ। ਵੱਡਾ ਦਿਨ ਕਿਵੇਂ ਸੀਗਾ? ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੇ ਸ਼੍ਰੋਮਣੀ ਅਕਾਲੀ ਦਲ ਦਾ, ਜਾਂ ਕਹੀਏ ਸੁਖਬੀਰ ਸਿੰਘ ਬਾਦਲ ਤੋਂ ਖਫਾ ਹੋਇਆ, ਬਣ ਚੁੱਕਿਆ ਬਾਗੀ ਧੜਾ ਅਕਾਲ ਤਖਤ ਸਾਹਿਬ ਪਹੁੰਚਦਾ। ਉਹਨਾਂ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਉਹਨਾਂ ਨੂੰ ਇੱਕ ਆਪਣੇ ਵੱਲੋਂ ਬੇਨਤੀ ਪੱਤਰ ਦਿੰਦਾ। ਬੇਨਤੀ ਪੱਤਰ ਦੇਣ ਵਾਲੇ ਕੌਣ ਕੌਣ ਨੇ? ਸੁਖਦੇਵ ਢੀਂਡਸਾ ਨੇ, ਪ੍ਰੇਮ ਸਿੰਘ ਚੰਦੂ ਮਾਜਰਾ ਨੇ, ਆਪਣਾ ਉਸ ਤੋਂ ਬਾਅਦ ਉਹਨਾਂ ਦੇ ਆਪਣਾ ਤਜਿੰਦਰਪਾਲ ਸੰਧੂ ਨੇ, ਰਣਧੀਰ ਸਿੰਘ ਰੱਖੜਾ ਨੇ, ਚਰਨਜੀਤ ਬਰਾੜ ਨੇ ਤੇ ਹੋਰ ਵੀ ਕਈ ਉਹਨਾਂ ਨਾਲ ਬਾਗੀ ਧੜੇ ਸ਼ਾਮਿਲ ਵਿਅਕਤੀ ਹੈਗੇ ਨੇ। ਕਿ ਵਾਕਿਆ ਹੀ ਜੋ ਉਹਨਾਂ ਨੇ ਇਸ 4 ਪੇਜ ਦੇ ਪੱਤਰ 'ਚ, ਅਸੀਂ ਪੱਤਰ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਅੱਜ ਦਿੱਤਾ ਹੈ, ਤੇ ਮਾਫ਼ੀ ਮੰਗਣ ਦੀ ਗੱਲ ਕੀਤੀ ਹੈ ਕਿ ਸਾਡੀ, ਅਸੀਂ ਪੰਥ ਕੋਲੋਂ, ਗੁਰੂ ਕੋਲੋਂ ਖਿਮਾ ਆਪਣੀ ਮੰਗਦੇ ਹਾਂ, ਜੋ ਸਾਨੂੰ ਤੁਸੀਂ ਆਪਣਾ ਇਹਦੇ ਬਾਰੇ ਆਪਾਂ ਕਹੀਏ ਤਨਖਾਹ ਲਾਓਗੇ ਸਾਨੂੰ ਮਨਜ਼ੂਰ ਹੋਏਗੀ ਅਤੇ ਅਸੀਂ ਸਿੱਖੀ 'ਚ ਰਹਿ ਕੇ ਉਸ ਪਾਲਣ ਵੀ ਕਰਾਂਗੇ। ਔਰ ਸਿੱਧੇ ਤੌਰ 'ਤੇ ਲਿਖਿਆ 4 ਗਲਤੀਆਂ ਦਾ ਜ਼ਿਕਰ ਕੀਤਾ ਗਿਆ। 4 ਗਲਤੀਆਂ ਕਿਹੜੀਆਂ ਸੀਗੀਆਂ? ਨੰਬਰ 1 ਸਲਾਬਤਪੁਰਾ ਕਾਂਡ 2007 ਦਾ, ਉਸ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਹੱਕ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 90 ਲੱਖ ਰੁਪਏ ਖਰਚ ਕੇ ਉਹਨੂੰ ਬੇਕਸੂਰ ਸਾਬਤ ਕਰਨਾ, ਫਰੀਦਕੋਟ ਬੁਰਜ ਜਵਾਹਰ ਸਿੰਘ ਵਾਲਾ ਕਾਂਡ ਅਤੇ ਸੁਮੇਦ ਸੈਣੀ ਨੂੰ ਪੰਜਾਬ ਪੁਲਿਸ ਦਾ ਚੀਫ ਲਾਉਣਾ। ਕਿ ਬਾਕੀ ਉਹੀ 4 ਘਟਨਾਵਾਂ ਨੇ ਜਿਨ੍ਹਾਂ ਨੇ ਸਿੱਧੇ ਸ਼ਬਦਾਂ 'ਚ ਮੈਂ ਕਹਾਂ ਸ਼੍ਰੋਮਣੀ ਅਕਾਲੀ ਦਲ 1 ਸਦੀ ਪੁਰਾਣੀ ਪਾਰਟੀ ਨੂੰ ਰੋਲ ਕੇ ਰੱਖਤਿਆ। ਇਸ 'ਤੇ ਚਰਚਾ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਤੋਂ ਜਥੇਬੰਦਕ ਸਕੱਤਰ ਸ਼ਮਸ਼ੇਰ ਪੁਰਖਾਲਵੀ ਅਤੇ ਭਾਰਤੀ ਜਨਤਾ ਪਾਰਟੀ ਤੋਂ ਲੋਕੇਸ਼ ਨਾਰੰਗ ਜੀ ਸਾਡਾ ਮੌਜੂਦ ਨੇ। ਸੋ ਨਾਰੰਗ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਪੁਰਖਾਲਵੀ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਧੰਨਵਾਦ ਜੀ ਜੀ। ਸੋ ਸ਼ੁਰੂਆਤ ਮੈਂ ਨਾਰੰਗ ਸਾਹਿਬ ਤੁਹਾਡੇ ਤੋਂ ਕਰਾਂਗਾ। ਭਾਜਪਾ ਦੀ ਆਪਾਂ ਜੇ ਚੱਲ ਜਾਈਏ 90 ਦੇ ਪੀਰੀਅਡ ਦੇ ਵਿੱਚ ਚੱਲ ਜਾਈਏ, ਜਦੋਂ ਸਾਂਝ ਪਈ ਸੀਗੀ, ਉਸ ਟਾਈਮ ਕਾਂਗਰਸ ਵੀ ਹੁੰਦੀ ਸੀ, ਉਸ ਟਾਈਮ ਬਸਪਾ ਵੀ ਹੁੰਦੀ ਸੀ, ਉਸ ਟਾਈਮ ਹੋਰ ਪਾਰਟੀਆਂ ਵੀ ਹੁੰਦੀਆਂ ਸੀ, ਕੀ ਲੱਗਦਾ ਤੁਹਾਨੂੰ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਸਾਂਝ ਕਿਉਂ ਪਾਈ ਸੀ? ਦੇਖੋ ਮਰਵਾਲ ਸਾਹਿਬ, ਇਸ ਤਰ੍ਹਾਂ ਹੈ ਕਿ ਉਦੋਂ ਜੋ ਪੰਜਾਬ ਦੇ ਹਾਲਾਤ ਸੀਗੇ, ਹਿੰਦੂ ਸਿੱਖ ਭਾਈਚਾਰੇ ਦੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਇਕੱਠੇ ਹੋਏ ਸੀ। ਬਿਲਕੁਲ ਠੀਕ ਹੈ। ਔਰ ਇਹ ਵੀ ਚੀਜ਼ ਔਨ ਰਿਕਾਰਡ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਛੱਡਿਆ, ਸ਼੍ਰੋਮਣੀ ਅਕਾਲੀ ਦਲ ਆਪਣੀ ਮਰਜ਼ੀ ਦੇ ਨਾਲ ਬੀਜੇਪੀ ਨੂੰ ਛੱਡ ਕੇ ਗਿਆ। ਔਰ ਉਸ ਤੋਂ ਬਾਅਦ ਜੋ ਉਹਨਾਂ ਦਾ ਜੋ ਹਾਲ ਹੋ ਰਿਹਾ ਉਹ ਪੰਜਾਬ ਦੀ ਜਨਤਾ ਦੇ ਸਾਹਮਣੇ ਹੈ। ਬਿਲਕੁਲ ਠੀਕ ਹੈ ਕਿ ਜੇ ਆਪਾਂ ਆਪਣੇ ਕਿਸੇ ਦੇ ਨਾਲ ਸਾਂਝ ਹੀ ਨਹੀਂ ਨਿਭਾ ਸਕੇ ਤਾਂ ਲੋਕਾਂ ਦੇ ਵਿੱਚ ਉਸ ਚੀਜ਼ ਦਾ ਬੜਾ ਅਸਰ ਜਾਂਦਾ ਹੈ ਵੀ ਕਿਤੇ ਨਾ ਕਿਤੇ ਜਿਵੇਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ, ਬਿਲਕੁਲ ਲੋਕਾਂ ਨੇ ਇਹਨਾਂ ਨੂੰ ਸਾਡੇ ਨਾਲੋਂ ਵੀ ਘੱਟ ਵੋਟਾਂ ਪਾਈਆਂ। ਤਕਰੀਬਨ 1 ਜੇ ਆਪਾਂ ਬਠਿੰਡਾ ਦੀ ਸੀਟ ਛੱਡ ਦਈਏ ਤਾਂ ਬਾਕੀ ਸਾਰੀ ਜਗ੍ਹਾ 'ਤੇ ਬੀਜੇਪੀ ਨਾਲੋਂ ਵੀ ਇਹਨਾਂ ਨੂੰ ਘੱਟ ਵੋਟਾਂ ਪਈਆਂ ਜੀ। ਅੱਛਾ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਈ ਜਗ੍ਹਾ 2 ਨੰਬਰ 'ਤੇ ਰਹੇ, ਕਈ ਜਗ੍ਹਾ 3 ਨੰਬਰ 'ਤੇ ਰਹੇ, ਔਰ ਸ਼੍ਰੋਮਣੀ ਅਕਾਲੀ ਦਲ ਸਿਰਫ ਬਠਿੰਡਾ ਤੋਂ ਇਲਾਵਾ ਬਾਕੀ ਸਾਰਾ ਜਗ੍ਹਾ 4th ਨੰਬਰ 'ਤੇ ਰਹੀ। ਬਿਲਕੁਲ। ਅਤੇ ਇਹ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਅੰਦਰ ਪੜਚੋਲ ਕਰਨ ਦੀ ਲੋੜ ਆ ਵੀ ਕਿਉਂ ਉਹਨਾਂ ਦਾ ਡੇ ਬਾਈ ਡੇ ਗ੍ਰਾਫ ਡਿੱਗਦਾ ਜਾ ਰਿਹਾ, ਕਿਉਂ ਉਹਨਾਂ ਦੇ ਪ੍ਰਧਾਨ ਦੇ ਉੱਪਰ ਇੰਨੇ ਜ਼ਿਆਦਾ ਐਲੀਗੇਸ਼ਨ ਲੱਗ ਰਹੇ ਨੇ ਕਿ ਜਿਹੜਾ ਵੀ ਉਹਨਾਂ ਦਾ ਜਿਹੜਾ ਰਾਈਵਲ ਹੁੰਦਾ ਉਹ ਕਹਿ ਦਿੰਦੇ ਨੇ ਵੀ ਕਿ ਸੁਖਬੀਰ ਬਾਦਲ ਨੂੰ ਹਟਾਓ ਤਾਂ ਅਸੀਂ ਕਰਾਂਗੇ, ਤਾਂ ਕਿਤੇ ਨਾ ਕਿਤੇ ਜਿਹੜਾ ਦੇਖੋ ਜੋ ਸਾਹਮਣੇ ਤੌਰ 'ਤੇ ਇਹ ਜਾਪਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵੇਲੇ ਸੰਵਿਧਾਨ ਦੀ ਪਾਲਣਾ ਨਹੀਂ ਹੋ ਰਹੀ, ਪ੍ਰਧਾਨ ਦੀ ਚੋਣ ਨਹੀਂ ਹੋ ਰਹੀ, ਜਾਂ ਕਿਤੇ ਨਾ ਕਿਤੇ ਡਿਕਟੇਟਰਸ਼ਿਪ ਹਾਵੀ ਹੋ ਰਹੀ ਆ, ਤਾਂ ਆਪਾਂ ਨੂੰ ਜੋ ਰੋਜ਼ ਜੋ ਹੈਗਾ ਲੋਕਾਂ ਦੇ ਵਿੱਚ ਜਿਹੜਾ ਗਲਤ ਮੈਸੇਜ ਜਾ ਰਿਹਾ ਜਾਂ ਲੀਡਰਾਂ ਦੇ ਬਿਆਨ ਆ ਰਹੇ ਨੇ ਜਾਂ ਬਾਗੀ ਖੁੱਲ ਕੇ ਆ ਰਹੇ ਨੇ ਤੇ ਆਪਾਂ ਨੂੰ ਰੋਜ਼ ਇਹ ਸਿਚੁਏਸ਼ਨ ਦੇਖਣੀ ਪੈ ਰਹੀ ਆ। ਨਾਰੰਗ ਸਾਹਿਬ ਪਿੱਛੇ ਜਾਂਦੇ ਹਾਂ, 96 'ਚ ਆਪਣਾ ਬਸਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਦੋਸਤੀ ਪਾਈ ਸੀ, ਜਿਹੜਾ ਗੱਠ ਜੋੜ ਕੀਤਾ ਸੀ ਉਹਨਾਂ ਨਾਲ, ਗੱਠ ਤੋੜ ਕੀਤਾ ਸੀ ਕਿਸਾਨੀ ਅੰਦੋਲਨ ਤੱਕ, ਇਹ 20 ਤੱਕ ਲਗਾਤਾਰ ਤੁਹਾਡਾ
ਕਾਇਮ ਵੀ ਰਿਹਾ ਸੀਗਾ। ਇੱਕ ਖੁੱਲ੍ਹ ਕੇ ਬੜੀ ਇਮਾਨਦਾਰੀ ਨਾਲ ਸਵਾਲ ਦਾ ਜਵਾਬ ਦੇਣਾ ਕਿ ਵਾਕਿਆ ਹੀ ਜਿੱਦਾਂ ਦੀ ਇਮੇਜ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਉਸ ਟਾਈਮ ਸੀਨੀਅਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀਗੇ, ਹੁਣ ਸੁਖਬੀਰ ਸਿੰਘ ਬਾਦਲ ਹੈ, ਇਹ ਵਾਕਿਆ ਡਿਕਟੇਟਰਸ਼ਿਪ ਚੱਲਦੀ ਸੀਗੀ ਪ੍ਰਕਾਸ਼ ਸਿੰਘ ਬਾਦਲ ਦੀ? ਤੁਹਾਡੇ ਤੇ ਵੀ ਦਬਾਅ ਰਹਿੰਦਾ ਸੀ? ਨਹੀਂ ਦੇਖੋ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੋਨਾਂ ਦਾ ਅਕਸੀ ਹੋਰ ਸੀਗਾ ਜੀ, ਉਹਨਾਂ 'ਚ ਡਿਕਟੇਟਰਸ਼ਿਪ ਨਾਮ ਦੀ ਕੋਈ ਚੀਜ਼ ਨਹੀਂ ਸੀ, ਉਹ ਸਭ ਨੂੰ ਨਾਲ ਲੈ ਕੇ ਚੱਲਦੇ, ਲਾ ਕੇ ਰੱਖਣਾ ਵੀ ਤੁਸੀਂ ਸਾਡੇ ਥੱਲੇ ਹੋ। ਨਹੀਂ ਨਹੀਂ ਨਹੀਂ, ਉਹ ਸਭ ਨੂੰ ਨਾਲ ਲੈ ਕੇ ਚੱਲਦੇ ਸੀ, ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਆਪਾਂ 3 ਵਾਰੀ ਸਰਕਾਰ ਬਣਾਈ ਆ ਜੀ, ਕਦੀ ਉਹਨਾਂ ਨੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਤੁਸੀਂ ਸਾਡੇ ਤੋਂ ਘੱਟ ਗਿਣਤੀ ਦੇ ਵਿੱਚ ਆਏ ਹੋ, ਤੁਹਾਨੂੰ ਹਰ ਵੇਲੇ ਉਹ ਤਾਂ ਆਪਣੇ ਜਿਹੜੇ ਵਿਰੋਧੀ ਆ ਉਹਨੂੰ ਵੀ ਜੀ ਆਇਆ ਕਹਿੰਦੇ ਸੀ, ਉਹ ਕਹਿੰਦੇ ਵੀ ਜੇ ਕੋਈ ਕਿਸੇ ਨੇ ਧਰਨਾ ਲਾਉਣਾ ਆਓ ਮੇਰੇ ਘਰ ਲਾ ਲਓ ਤੇ ਉਸ ਤੋਂ ਬਾਅਦ ਮੇਰੇ ਕੋਲ ਚਾਹ ਪੀ ਕੇ ਜਾਇਓ, ਨਾਲੇ ਮਿਤਨਾ ਕਾਹਦਾ ਰੋਸਾ। ਬਿਲਕੁਲ ਠੀਕ ਹੈ। ਤੇ ਉਹਨਾਂ ਦੇ ਅਕਸ ਔਰ ਸੁਖਬੀਰ ਬਾਦਲ ਜੀ ਦੇ ਅਕਸ ਦਾ ਜ਼ਮੀਨ ਅਸਮਾਨ ਦਾ ਫਰਕ ਆ, ਉਹ ਉਹਨਾਂ ਦੇ ਪੁੱਤਰ ਨੇ, ਪਰ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਪੁੱਤਰ ਮੋਹ ਦੇ ਵਿੱਚ ਸੁਖਬੀਰ ਬਾਦਲ ਸਾਹਿਬ ਨੂੰ ਅੱਗੇ ਕਰਕੇ ਅਕਾਲੀ ਦਲ ਦਾ ਨੁਕਸਾਨ ਹੀ ਹੋਇਆ, ਬੰਟਾ ਧਾਰ ਕੀਤਾ, ਔਰ ਅੱਗੇ ਹੋਰ ਮਾੜੇ ਦਿਨ ਅਕਾਲੀ ਦਲ ਦੇ ਆ ਰਹੇ ਨੇ, ਕਿਉਂਕਿ ਪੰਜਾਬ ਦੀ ਜਨਤਾ ਦੇਖੋ ਇਹਨਾਂ ਦੇ ਵਿੱਚ ਵਿਸ਼ਵਾਸ ਕਰਦੀ ਸੀ ਕਿ ਸਿੱਖੀ ਨਾਲ ਜੁੜੀ ਪਾਰਟੀ ਆ, ਪੰਥਕ ਪਾਰਟੀ ਆ, ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਉਹ ਵਿਸ਼ਵਾਸ ਖੋਹਦਾ ਨਜ਼ਰ ਆ ਰਿਹਾ। ਬਿਲਕੁਲ ਸ਼ਮਸ਼ੇਰ ਜੀ, ਤੁਹਾਡੇ ਤੇ ਆ ਰਹੇ ਹਾਂ ਪੁਰਖਾਲਵੀ ਜੀ, ਆਪਾਂ ਗੱਲ ਕਰੀਏ 104 ਸਾਲ ਉਮਰ ਹੈਗੀ ਆ ਪਾਰਟੀ ਦੀ, 1885 'ਚ ਕਾਂਗਰਸ ਬਣ ਗਈ ਸੀਗੀ, ਉਹਦੀ 150 ਸਾਲ ਆਪਾਂ ਲਾ ਕੇ ਚੱਲੀ ਉਮਰ ਹੋ ਚੁੱਕੀ ਹੈ, ਉਸ ਤੋਂ ਬਾਅਦ ਜੇ ਕੋਈ ਵੱਡੀ ਪਾਰਟੀ ਆ ਖੇਤਰੀ ਪਾਰਟੀ ਪੰਜਾਬ 'ਚ ਅਕਾਲੀ ਦਲ ਸੀਗੀ। ਮੋਹਨ ਸਿੰਘ ਤੁੜ ਦੀ ਮੈਨੂੰ ਯਾਦ ਆ ਰਹੀ ਹੈ, ਹਰਚੰਦ ਸਿੰਘ ਲੌਂਗੋਵਾਲ ਦੀ ਮੈਨੂੰ ਯਾਦ ਆ ਰਹੀ ਹੈ, ਮਾਸਟਰ ਤਾਰਾ ਸਿੰਘ ਦੀ ਮੈਨੂੰ ਯਾਦ ਆ ਰਹੀ ਹੈ, ਸੁਰਜੀਤ ਸਿੰਘ ਬਰਨਾਲਾ ਮੈਨੂੰ ਯਾਦ ਆ ਰਹੇ ਨੇ। ਮੇਰੇ ਕਹਿਣ ਦਾ ਭਾਵ, ਜਿੰਨੇ ਵੀ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਏ ਸੀ, ਉਹਨਾਂ ਤੋਂ ਕਿਤੇ ਨਾ ਕਿਤੇ ਜਿਹੜੀ ਗਲਤੀਆਂ ਹੋਈਆਂ ਸੀ, ਪੰਜਾਬੀ ਭਾਸ਼ਾ ਦੇ ਮੁੱਦੇ 'ਤੇ ਗਲਤੀ ਹੋਈ ਸੀ, ਧਰਨਾ ਲਾ ਲਿਆ, ਮੋਰਚਾ ਲਾ ਲਿਆ, ਬਾਅਦ 'ਚ ਪੱਠੇ ਅੱਜ ਗਏ ਸੀਗੇ, ਤਾਂ ਇੰਨਾ ਕੁ ਵਰਕਰਾਂ ਦੀ ਪਕੜ ਹੁੰਦੀ ਸੀ ਬਈ ਇਹਨੇ ਗਲਤੀ ਕੀਤੀ ਆ, ਪ੍ਰਧਾਨ ਲਾ ਦਿਓ, ਅਤੇ ਝੁਟਕੀ 'ਚ ਲਾ ਦਿੱਤਾ ਜਾਂਦਾ ਸੀਗਾ। ਮੰਨਦੇ ਹੋ ਨਰੰਗ ਸਾਹਿਬ ਨੇ ਕਿਹਾ ਬਾਦਲ ਨੇ ਪੁੱਤਰ ਮੋਹ 'ਚ ਸੱਤਿਆਨਾਸ਼ ਕਰਤਿਆ ਪਾਰਟੀ ਦਾ? ਨਹੀਂ, ਐਸੀ ਗੱਲ ਨਹੀਂ ਹੈ। ਮੈਂ ਭਾਜਪਾ ਦੇ ਬੁਲਾਰੇ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਡਿੱਗਦੇ ਗ੍ਰਾਫ ਦੇ ਉੱਤੇ ਆਪਣੀ ਚਿੰਤਾ ਜ਼ਾਹਰ ਨਾ ਕਰਨ, ਕਿਉਂਕਿ ਤੁਹਾਡੇ ਭਾਈਵਾਲ ਰਹੇ, ਤੁਹਾਨੂੰ ਇਤਰਾਜ਼ ਕਿਉਂ ਹੈ? ਇਸ ਗੱਲ ਇਤਰਾਜ਼ ਇਸ ਗੱਲ ਦਾ ਹੈ ਕਿ ਜੋ 1987 ਦੇ ਵਿੱਚ ਜੋ ਬੀਜੇਪੀ ਸੀ ਉਹ ਅੱਜ ਬੀਜੇਪੀ ਨਹੀਂ ਹੈ, 97 ਦੀ, ਉਸ ਤੋਂ ਉਹ ਪਾਰਟੀ ਜਿਹੜੀ ਬੀਜੇਪੀ ਕੋਈ ਹੋਰ ਸੀ, ਉਹ ਵਾਜਪੇਈ ਦੀ ਅਗਵਾਈ ਕਰਦੇ ਸੀਗੇ, ਤੇ ਅੱਜ ਜਿਹੜੀ ਪਾਰਟੀ ਹੈਗੀ ਹੈ ਉਹਦੀ ਅਗਵਾਈ ਨਰਿੰਦਰ ਮੋਦੀ ਤੇ ਜੇ ਅਬਾਨੀ ਅਡਾਨੀ ਕਰਦੇ ਆ, ਇਹਦੇ ਵਿੱਚ ਬਹੁਤ ਵੱਡਾ ਗੱਲ ਜੀ, ਕਮੈਂਟਰ ਰੋਕ ਰਿਹਾ, ਵਜਨ ਆ ਗਿਆ ਆਪਣਾ, ਅਬਾਨੀ ਅਡਾਨੀ ਅਗਵਾਈ ਕਰ ਰਿਹਾ ਜੀ, ਤੇ ਤੁਹਾਡੀ ਵੀ ਪਾਰਟੀ ਦਾ ਕਹਿੰਦੇ ਉਹ ਕੱਦ ਨਹੀਂ ਰਿਹਾ, ਉਹ ਗ੍ਰਾਫ ਨਹੀਂ ਰਿਹਾ। ਮਰਵਾਹਾ ਜੀ, ਇਹਨਾਂ ਨੂੰ ਇਹ ਪੁੱਛੋ ਵੀ ਜੇ ਐਸੇ ਹਾਲਾਤ ਨੇ ਤਾਂ ਅਸੀਂ ਤਾਂ ਬੀਬਾ ਜੀ ਨੂੰ ਕਿਹਾ ਨਹੀਂ ਸੀ ਕਿ ਸਾਨੂੰ ਆ ਕੇ ਸਮਰਥਨ ਦਿਓ, ਇੱਕ ਵਾਰ ਸਾਡੇ ਤੇ ਪੰਜਾਬ 'ਚ ਐਲੀਗੇਸ਼ਨ ਲਾਉਂਦੇ ਨੇ, ਦਿੱਲੀ 'ਚ ਬੀਬਾ ਜੀ ਸਾਨੂੰ ਸਮਰਥਨ ਦਿੰਦੇ ਨੇ ਬਿਨਾਂ ਸ਼ਰਤ ਦਿੱਤਾ ਸਪੀਕਰ ਲਈ, ਜਿਹੜੀਆਂ ਨੀਤੀਆਂ ਗ੍ਰਾਫ ਨਹੀਂ ਗਿਰਿਆ, ਮੈਂ ਦੱਸਦਾ ਜਿਹੜੀਆਂ ਸਾਜ਼ਿਸ਼ਾਂ ਹੈ ਉਹ ਸਾਜ਼ਿਸ਼ਾਂ ਇਹ ਹੈ, ਕਿਤੇ ਨਾ ਕਿਤੇ ਖੇਤਰੀ ਪਾਰਟੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਬੀਜੇਪੀ ਵੱਲੋਂ, ਉਹ ਜੋ ਕਿ ਜਿਹੜੀ ਮੌਜੂਦਾ ਸਮੇਂ ਜਿਹੜੀ ਹਕੂਮਤ ਹੈ, ਜਿਹੜੇ ਕਾਬਜ਼ਕਾਰ ਨੇ ਇਸ ਪਾਰਟੀ ਦੇ ਉੱਤੇ, ਚਾਹੇ ਉਹ ਸ਼ਾਹ ਸਾਹਿਬ ਹੋਣ, ਚਾਹੇ ਉਹ ਮੋਦੀ ਸਾਹਿਬ ਹੋਣ, ਚਾਹੇ ਹੋਰ ਹੋਣ, ਜਿਹੜੇ ਚਾਹੇ ਉਹ ਸੰਘ, ਮਤਲਬ ਜਿਹੜੇ ਇਹਨੂੰ ਮਤਲਬ ਚਲਾਉਂਦੇ ਨੇ, ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਦੇਖੋ। ਮੈਂ ਤੁਹਾਨੂੰ ਸਾਫ਼ ਸ਼ਬਦਾਂ ਦੇ ਵਿੱਚ ਕਹਾਂ ਕਿ ਬੀਜੇਪੀ ਵੱਲੋਂ ਪਹਿਲਾਂ, ਸਭ ਤੋਂ ਪਹਿਲਾਂ ਜਿਹੜੇ
ਜਿਹੜਾ ਇਹਨਾਂ ਨੇ ਮੁਸਲਮਾਨੀ ਨੂੰ ਜਿਹੜਾ ਟਾਰਗੇਟ ਕੀਤਾ। ਤੁਸੀਂ ਕੀ ਕੀਤਾ? ਤੁਸੀਂ ਸਿੱਖਾਂ ਸਿਰ ਤੇ ਖੇਡਦੇ ਹੋ। ਮੈਂ ਦੱਸਦਾ ਜੀ, ਉਹਨਾਂ ਨੇ ਪਹਿਲਾਂ ਮੁਸਲਮਾਨੀ ਨੂੰ ਟਾਰਗੇਟ ਕੀਤਾ, ਅੱਜ ਜਿਹੜਾ ਬੀਜੇਪੀ ਸਿੱਧੇ ਤੌਰ ਤੇ ਅਟੈਕ ਜਿਹੜਾ ਉਹ ਸਿੱਖੀ ਦੇ ਵੱਲ ਕਰ ਰਹੀ ਹੈ, ਸਿੱਖਾਂ ਵੱਲ ਕਰ ਰਹੀ ਹੈ, ਪੰਜਾਬ ਵੱਲ ਕਰ ਰਹੀ ਹੈ। ਤੁਹਾਡੇ ਸਵਾਲ ਦਾ ਜਵਾਬ ਲੈਂਦਾ ਰੰਗ ਸਾਹਿਬ, ਸਿਰਫ ਧਰਮ ਦੀ ਰਾਜਨੀਤੀ ਕਰ ਰਹੇ ਹੋ, ਪਹਿਲੇ ਮੁਸਲਮਾਨਾਂ ਨੂੰ ਡਿਵੋਲਿਸ਼ ਕਰਦੇ, ਹੁਣ ਸਿੱਖਾਂ ਨੂੰ ਟਾਰਗੇਟ ਕਰ ਰਹੇ ਹੋ ਪੰਜਾਬ 'ਚ? ਮਰਵਾਹਾ ਸਾਹਿਬ, ਇਹ ਤਾਂ ਹੁਣ ਆਪਣਾ ਘਰ ਤੁਹਾਡੇ ਕੋਲ ਸੰਭਾਲਿਆ ਨਹੀਂ ਜਾਂਦਾ, ਆਪਾਂ ਦੂਸਰੇ ਤੇ ਐਲੀਗੇਸ਼ਨ ਲਾਉਂਦੇ ਹਾਂ। ਮੇਰਾ ਤਾਂ ਬੜਾ ਸਿੱਧਾ ਜਿਹਾ ਇਹਨਾਂ ਨੂੰ ਸਵਾਲ ਆ, ਜੇ ਤੁਹਾਨੂੰ ਅਸੀਂ ਅੱਜ ਇੰਨੇ ਹੀ ਮਾੜੇ ਲੱਗਦੇ ਹਾਂ, ਅੱਜ ਤਾਂ ਤੁਹਾਨੂੰ ਸਪੀਕਰ ਲਈ ਸਪੋਰਟ ਦੇਣ ਲਈ ਬੁਲਾਇਆ ਵੀ ਨਹੀਂ ਸੀਗਾ, ਫਿਰ ਕਿਉਂ ਬੀਬਾ ਜੀ ਨੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਕਿਹਾ ਕਿ ਅਸੀਂ ਸਪੀਕਰ ਲਈ ਐਨਡੀਏ ਦੇ ਕੈਂਡੀਡੇਟ ਨੂੰ ਬਿਨਾਂ ਸ਼ਰਤ ਸਮਰਥਨ ਦਿੰਦੇ ਹਾਂ? ਤੁਹਾਨੂੰ ਦਿੱਲੀ 'ਚ ਅਸੀਂ ਚੰਗੇ ਲੱਗਦੇ ਹਾਂ, ਦਿੱਲੀ 'ਚ ਸਾਡੀ ਜਿੱਥੇ ਸਰਕਾਰ ਆ ਉੱਥੇ ਤੁਸੀਂ ਸਾਡੇ ਨਾਲ ਆਉਣਾ ਚਾਹੁੰਦੇ ਹੋ, ਪੰਜਾਬ 'ਚ ਤੁਸੀਂ ਸਾਨੂੰ ਨਿੰਦਦੇ ਹੋ, ਇਹ ਕਿੱਥੇ ਦਾ ਦੋਹਰਾ ਚਰਿੱਤਰ ਆ ਤੁਹਾਡਾ? ਤੁਸੀਂ ਹੁਣ ਮੁਸਲਮਾਨਾਂ ਦੀ ਗੱਲ ਕਰਨ ਲੱਗ ਗਏ, ਤੁਹਾਨੂੰ ਜੇ ਅੱਜ ਤੱਕ ਤੁਹਾਡੀ ਸਰਕਾਰਾਂ ਪੂਰੀ ਤਰ੍ਹਾਂ ਚੱਲੀਆਂ ਨੇ, ਜਿੰਨੀ ਵਾਰ ਵੀ ਚੱਲੀਆਂ ਨੇ ਸਿਰਫ ਇਸੇ ਕਰਕੇ ਚੱਲੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਤੁਹਾਡੇ ਨਾਲ ਸੀ। ਜੇ ਤੁਸੀਂ ਪੁਰਾਣਾ ਇਤਿਹਾਸ ਕੱਢ ਲਓ, ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਇਕੱਲੇ ਸਰਕਾਰ ਬਣਾਈ, ਕਦੀ ਤੁਸੀਂ 5 ਸਾਲ ਵੀ ਪੂਰੇ ਨਹੀਂ ਕਰ ਸਕਦੇ। ਇੱਥੇ ਆ ਰਿਹਾ ਮੈਂ ਪੁਰਖਾਲਵੀ ਜੀ, ਗੱਲ ਤੇ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਨੇ ਤੁਹਾਡੀ ਪਾਰਟੀ ਹਰ ਪਰਕਰ ਕਹਿੰਦਾ ਖੇਤਰੀ ਪਾਰਟੀ ਪੰਜਾਬ ਦਾ ਭਲਾ ਕਰ ਸਕਦੀ ਹੈ। ਖੇਤਰੀ ਪਾਰਟੀ ਇੱਕ ਰੀਜਨ ਦੇ ਵਿੱਚ, ਤੁਸੀਂ ਅੱਜ ਤੱਕ 100 ਸਾਲ ਦੇ ਟਾਈਮ 'ਚ ਬੈਠੇ ਹੋ, ਤੁਹਾਡੀਆਂ ਜੜ੍ਹਾਂ ਚੰਡੀਗੜ੍ਹ ਰਾਜਧਾਨੀ 'ਚ ਨਹੀਂ ਲੱਗ ਸਕੀਆਂ ਅੱਜ ਤੱਕ, ਤੇ ਤੁਸੀਂ ਖੇਤਰੀ ਹੋਣਾ ਬਹੁਤ ਵੱਡੀ ਉਪਲਬਧੀ ਮੰਨਦੇ ਹੋ ਆਪਣੀ? ਇਹਦੇ ਵਿੱਚ ਇਹ ਹੈ ਵੀ ਦੇਖੋ, ਹਾਲੇ ਫੇਲੀਅਰ ਹੈ, ਵੱਡਾ ਫੇਲੀਅਰ ਬਣਦਾ। ਫੇਲੀਅਰ ਨਹੀਂ, ਮੈਂ ਤੁਹਾਨੂੰ ਦੱਸਦਾ ਕਿ ਹਰਿਆਣੇ 'ਚ ਪੈਰ ਲੱਗੇ ਨਾ, ਹਿਮਾਚਲ 'ਚ ਲੱਗੇ, ਚੰਡੀਗੜ੍ਹ 'ਚ ਨਹੀਂ ਲੱਗੇ। ਖੇਤਰੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ, ਆਵਾਮ ਦੀ ਜਿਹੜੀਆਂ ਨਿਗਾਹਾਂ ਨੇ, ਉਹਦੀਆਂ ਨਜ਼ਰਾਂ ਨੇ, ਔਰ ਜਿਹੜੀ ਆਸ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਅੱਜ ਵੀ ਬਰਕਰਾਰ ਹੈ। ਕਿੱਥੋਂ ਕਹਿ ਰਹੇ ਹੋ? ਹਾਂ, ਮੈਂ ਜਿਹੜੀ ਤੁਹਾਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਨਾ ਜੀ, ਉਹ ਅਸੀਂ ਸਾਜਿਸ਼ ਦਾ ਸ਼ਿਕਾਰ ਹੋਏ ਆ, ਮਤਲਬ ਜਿਹੜੀਆਂ ਕਾਲੀਆਂ ਭੇਡਾਂ ਸਾਡੇ ਵਿੱਚ ਛੱਡ ਕੇ ਬੀਜੇਪੀ ਮੇਰੀ ਗੱਲ ਸਾਥਸ਼ਾਂ ਹੋ ਗਈਆਂ, ਇੰਨੇ ਸਾਲ ਤੁਸੀਂ ਸਿਆਸਤ ਕੀਤੀ ਆ, ਹਰ ਵਾਰ ਕਹਿੰਦੇ ਹੋ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ, ਤੇ ਤੁਸੀਂ ਇੰਨੇ ਭੋਲੇ ਹੋ ਕਿ ਤੁਹਾਡੀ ਸਾਥਸ਼ਾਂ ਸ਼ਿਕਾਰ ਹੋ ਗਏ? ਤੁਸੀਂ ਮੇਰੇ ਇੱਕ ਸਵਾਲ ਦਾ ਜਵਾਬ ਲੈ ਦਿਓ, ਫਿਰ ਤੁਸੀਂ ਸਾਨੂੰ ਦਿੱਲੀ 'ਚ ਸਪੋਰਟ ਕਿਉਂ ਕਰਦੇ ਸਪੀਕਰ ਦੇ ਮਸਲੇ ਤੇ? ਆਹ ਚਿੱਠੀ ਜਿਹੜੀ, ਖੁਦ ਚਰਨਜੀਤ ਬਰਾੜ ਦਾ ਕਹਿਣਾ 90-90 ਲੱਖ ਤੁਸੀਂ ਉਸ ਤੇ ਖਰਚ ਤੇ, ਤੁਸੀਂ ਸਲਾਵਤਪੁਰਾ ਕਾਂਡ ਕਰਾਇਆ, ਤੁਸੀਂ ਫਰੀਦਕੋਟ ਨੂੰ ਮੈਂ ਮਰਵਾ ਸਾਹਿਬ ਤੁਹਾਡੀ ਇਸ ਗੱਲ ਦਾ ਜਵਾਬ ਦਿੰਦਾ ਕਿ ਜੇ ਤੁਸੀਂ ਇਸ ਚਿੱਠੀ ਦਾ, ਜਿਹੜੀ 4 ਪੰਨਿਆਂ ਦੀ ਚਿੱਠੀ ਦਾ ਜ਼ਿਕਰ ਕਰਦੇ ਆ, ਇਹ 2007 ਦਾ ਜ਼ਿਕਰ ਕਰਕੇ 2024 ਦੇ ਵਿੱਚ ਕਿਉਂ ਪਬਲਿਕ ਕੀਤੀ ਜਾ ਰਹੀ ਹੈ ਜੀ? ਤੁਹਾਡੇ ਬੰਦੇ ਕਰਨ ਵਾਲੇ, ਕਰਨ ਵਾਲੇ ਕਿਉਂ ਨੇ ਜੀ, ਕਿਉਂ ਕਰ ਰਹੇ ਨੇ ਜੀ? ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀ, ਜਦੋਂ ਇਹ ਸੁੱਖ ਭੋਗਦੇ ਸੀ, ਉਦੋਂ ਇਹਨਾਂ ਨੂੰ ਪੰਥ ਦੀ ਔਰ ਪੰਜਾਬ ਦੀ ਯਾਦ ਨਹੀਂ ਆਈ, ਜਾਂ ਇਹਨਾਂ ਮੁੱਦਿਆਂ ਦੀ ਯਾਦ ਨਹੀਂ ਆਈ? ਉਸ ਵੇਲੇ ਇਹ ਕੀ ਕਰਦੇ ਸੀ? ਅਸੀਂ ਦੇਖੋ, ਮੇਰੀ ਗੱਲ ਸੁਣੋ, ਗਲਤੀ ਮੰਨ ਰਹੇ? ਇੰਨੀ ਕਿਹੜੀ ਗੱਲ ਹੈਗੀ ਹੈ ਕਿ ਇੱਕ ਪਾਸੇ ਪੂਰੀ ਬੋਡੀ ਸਾਡੇ, ਇੱਕ ਸਿਸਟਮ ਹੈਗਾ ਸੰਵਿਧਾਨਕ ਤਰੀਕੇ ਦੇ ਨਾਲ, ਜਿਹੜੀ ਪਾਰਟੀ ਚੱਲਦੀ ਹੈ, ਕੋਰ ਕਮੇਟੀ ਹੈ, ਕੋਰ ਕਮੇਟੀ ਫੈਸਲੇ ਲੈਂਦੀ ਹੈ, ਹੈਨਾ, ਅਨੋਮਲੀ ਕਮੇਟੀ ਹੈਗੀ, ਹਰ ਤਰ੍ਹਾਂ ਦੀ ਤਰੀਕੇ ਦੀਆਂ ਜਿਹੜੀਆਂ ਕਮੇਟੀਆਂ ਵੱਖੋ ਵੱਖਰੀਆਂ ਬਣਾਈਆਂ ਨੇ, ਉਹਦੇ ਵਿੱਚ ਨੂੰ ਗੁਜ਼ਰ ਕੇ ਜਿਹੜੀ ਸੰਵਿਧਾਨਕ ਪ੍ਰਕਿਰਿਆ ਦੇ ਵਿੱਚੋਂ ਜਿਹੜਾ ਕੋਈ ਫੈਸਲਾ ਹੁੰਦਾ, ਇਹ ਤੁਸੀਂ ਕਿਵੇਂ ਕਹਿ ਸਕਦੇ ਹੋ? ਇਹ ਸਾਰੇ ਬੰਦੇ, 4 ਬੰਦੇ ਇਕੱਠੇ ਹੋ ਕੇ ਅੱਜ ਕਹਿ ਦੇਣ ਕਿ ਪ੍ਰਧਾਨ ਇਹਦੇ ਲਈ ਸਿਰਫ ਤੇ ਸਿਰਫ ਪ੍ਰਧਾਨ ਜ਼ਿੰਮੇਵਾਰ ਹੈ, ਇਹ ਕਿਵੇਂ ਪੋਸੀਬਲ ਹੈ ਜੀ? ਇਹ ਪੋਸੀਬਲ ਨਹੀਂ। ਇੱਥੇ ਹੀ ਆ ਰਿਹਾ ਜੀ, ਇਹ ਜਿੱਦਾਂ ਗੱਲ ਕਰ ਰਹੇ ਕਿ ਪ੍ਰਧਾਨ ਨਹੀਂ ਜ਼ਿੰਮੇਵਾਰ ਹੁੰਦਾ, ਇਸ ਚੀਜ਼ ਨੂੰ ਤੁਸੀਂ ਕਿੰਨਾ ਸਹਿਮਤ ਹੋ ਨਾ ਰੰਗ ਸਾਹਿਬ? ਦੇਖੋ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੁਝ ਗਲਤੀਆਂ ਹੋਈਆਂ ਨੇ, ਕੁਝ ਪੈਸੇ ਦਾ ਮਿਸਯੂਜ਼ ਹੋਇਆ, ਤਾਂ ਪਹਿਲਾਂ ਤਾਂ ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲੰਬੇ ਸਮੇਂ ਤੋਂ ਅਕਾਲੀ ਦਲ ਦਾ ਕਬਜ਼ਾ। ਦੂਸਰਾ, ਹਰ ਸਾਲ ਆਡਿਟ ਹੁੰਦੀ ਆ, ਤੁਸੀਂ ਜੇ ਨਹੀਂ ਸਾਹਮਣੇ ਕੱਢਿਆ ਤੇ ਅੱਜ ਤੁਹਾਡੇ ਬੰਦਿਆਂ ਨੇ ਤੁਹਾਡੀਆਂ ਕਮੀਆਂ ਦੱਸ ਦਿੱਤੀਆਂ ਨੇ, ਤੇ ਕਿਉਂ ਨਾ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਵੇ? 1 ਕਰੋੜ ਰੁਪਏ ਵਰਗਾ ਮਾਮਲਾ ਹੋ ਗਿਆ। ਲੋਕਾਂ ਦੇ ਦਾਨ ਦੇ ਪੈਸੇ, ਲੋਕਾਂ ਦੇ ਦਾਨ ਦੇ ਪੈਸੇ ਤੁਸੀਂ ਕਿਸੇ ਡੇਰੇ ਵਾਲੇ ਦੀ ਮਾਫੀ ਤੇ ਲਾਏ, ਤੁਸੀਂ ਦੱਸੋ ਤੁਸੀਂ ਪੰਜਾਬ ਦੀ ਜਨਤਾ ਨੂੰ ਇਹਦਾ ਕੀ ਜਵਾਬ ਦਿਓਗੇ? 90 ਲੱਖ ਰੁਪਈਆ ਤੁਸੀਂ ਡੇਰਾ ਸਿਰਸਾ, ਜਿਹਨੂੰ ਤੁਸੀਂ ਸਰੇਆਮ ਮਾੜਾ ਕਹਿੰਦੇ ਹੋ ਕਿ ਉਹ ਸਾਡੇ ਸਿੱਖੀ ਦੇ ਸਵਰੂਪਾਂ ਦੇ ਖਿਲਾਫ ਆ, ਹਰ ਚੀਜ਼ ਉਹਦੇ ਖਿਲਾਫ ਆ, ਤੁਸੀਂ ਉਹਦੀ ਮਾਫੀ ਤੇ 90 ਲੱਖ ਰੁਪਏ
ਜਿਹੜਾ ਲੋਕਾਂ ਦਾ ਚੜਾਵੇ ਦਾ ਪੈਸਾ ਲਾਉਣ ਦਾ ਤੁਹਾਨੂੰ ਕਿਹਨੇ ਹਥਿਆਰ ਦਿੱਤਾ? ਇਹ ਕੀ ਸੀਗਾ ਮਤਲਬ ਤੁਸੀਂ ਕਹਿੰਦੇ ਸੱਜ ਦਾ ਸ਼ਿਕਾਰ ਹੋ ਗਏ, ਤੁਸੀਂ ਸਾਜ਼ਿਸ਼ ਤੁਸੀਂ ਕੀਤੀਆਂ ਲੋਕਾਂ ਦੇ ਪੈਸੇ ਨਾਲ? ਅਸੀਂ ਨਹੀਂ ਕੀਤੀਆਂ ਇਹ, ਦੇਖੋ ਇਹਦੇ ਬਾਰੇ ਤਾਂ ਦੇਖੋ ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਬਾਰੇ ਜਵਾਬ ਦੇ ਸਕਦੀ ਹੈ। ਮੈਂ ਸ਼੍ਰੋਮਣੀ ਗੁਰਦੁਆਰਾ ਸੁਖਪਾਲਵੀ ਜੀ ਕਿ ਸਿੱਧਾ ਸੁਖਬੀਰ ਬਾਦਲ ਨੇ, ਸੁਖਬੀਰ ਸਿੰਘ ਬਾਦਲ ਨੇ ਤੁਸੀਂ ਮੇਰੇ ਤੇ ਜੋ ਮਰਜ਼ੀ, ਤੁਸੀਂ ਮੇਰੀ ਤੇ ਜੋ ਮਰਜ਼ੀ ਐਲੀਗੇਸ਼ਨ ਲਈ ਜਾਓ, ਇਹ ਤਾਂ ਮੈਨੂੰ ਪਤਾ ਨਾ ਕਿ ਮੈਂ ਕੀ ਹੈ। ਬਿਲਕੁਲ ਝੂਠੇ ਆ ਤੁਸੀਂ, ਬਿਲਕੁਲ ਮੈਨੂੰ ਮੇਰੇ ਦੱਸੋ, ਮੈਂ ਤੁਹਾਨੂੰ ਦੱਸਦਾ SGPC ਦੀ ਤੁਸੀਂ ਗੱਲ ਕਰਦੇ ਵੀ 90 ਲੱਖ ਰੁਪਇਆ ਲੈ, SGPC ਇਸ ਗੱਲ ਦੀ ਜਵਾਬਦੇਹੀ ਉਹਨਾਂ ਦੀ ਬਣਦੀ ਹੈ। ਹੁਣ ਜੇ ਤੁਸੀਂ ਕਹੋ ਵੀ SGPC ਜਿਹੜੇ ਉਸ ਟਾਈਮ ਪ੍ਰਧਾਨ ਸੀ ਉਹ ਸਵਰਗ ਸੁਧਾਰ ਗਏ, ਹੁਣ ਕੌਣ ਦੱਸੇਗਾ ਉਹਨੂੰ? ਇਹਦਾ SGPC ਪ੍ਰਧਾਨ ਇੱਕ ਚਲਾ ਗਿਆ, ਪ੍ਰਧਾਨ ਸੀ ਉਦੋਂ, ਇੱਕ ਪ੍ਰਧਾਨ ਸੀ, ਦੂਸਰਾ ਆ ਗਿਆ, ਤੀਸਰਾ ਆ ਗਿਆ, ਉਹਦੀ ਜਵਾਬਦੇਹੀ ਜਿਹੜੀ ਆ ਉਹ SGPC ਦੀ ਹੈ। ਜਿਹੜੀ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੈਗੀ ਹੈ, ਮੈਂ ਤੁਹਾਨੂੰ ਉਹਦੇ ਬਾਰੇ ਦੱਸ ਸਕਦਾ ਹਾਂ। ਇਹ ਕੁਝ ਖਾਸ ਬੰਦੇ ਨੇ, ਇਹ ਕੋਈ ਇਹ ਨਹੀਂ ਹੈਗਾ ਕਿ 4 ਬੰਦੇ ਅੱਜ ਇਕੱਠੇ ਹੋ ਕੇ। ਹੁਣ ਤੁਹਾਨੂੰ ਮੈਂ ਦੱਸਦਾ, ਸਾਨੂੰ ਸਾਡੀ ਜਿਹੜੀ ਇਹਨਾਂ ਦੀ ਬਦਨੀਤੀ ਜਾਂ ਇਹਨਾਂ ਲੋਕਾਂ ਦੀ ਬਦਨੀਤੀ ਜਾਂ ਇਹਨਾਂ ਦੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਜ਼ਿਕਰ ਕੀਤਾ ਭਾਜਪਾ ਦਾ, BJP ਦਾ ਜ਼ਿਕਰ ਕੀਤਾ, ਉਹ ਮੈਂ ਸੰਬੰਧ ਦਾ ਤੁਹਾਨੂੰ ਮੈਂ ਜ਼ਿਕਰ ਕਰਦਿਆਂ। ਹੁਣ ਤੁਸੀਂ ਮੈਨੂੰ ਦੱਸੋ ਕਿ ਅੱਜ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਸਾਰੀਆਂ ਉਣਤਾਈਆਂ ਨੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਨੇ, ਬਹੁਤ ਸਾਰੇ ਕਸੂਰ ਹੈ, ਸਾਰੀਆਂ ਗੱਲਾਂ ਦਾ ਕਸੂਰਵਾਰ ਉਹੀ ਹੈ। ਤੇ ਜਿਹੜੇ ਇਹ ਜਿਹੜਾ ਕੌਣ ਕਹਿ ਰਿਹਾ, ਜਿਹੜਾ ਜਿਹਦੀ ਨੂੰ BJP ਦੀ ਟਿਕਟ ਦੇ ਉੱਤੇ ਇਲੈਕਸ਼ਨ ਲੜੀ ਹੈ ਬਠਿੰਡਾ ਤੋਂ, ਅੱਜ ਮਲੂਕੇ ਦੀ, ਸਿਕੰਦਰ ਸਿੰਘ ਮਲੂਕਾ, ਮੈਨੂੰ ਇਸ ਗੱਲ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ। ਉਸ ਤੋਂ ਬਾਅਦ ਜੇ ਤੁਸੀਂ ਕਹਿੰਦੇ ਹੋ ਵੀ ਆਪਣੇ ਢੀਂਡਸਾ ਸਾਹਿਬ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਉਹ BJP ਦੇ ਵਿੱਚ ਗਏ, ਉਹ ਟੁੱਟੇ ਉਹ ਅਕਾਲੀ ਦਲ ਛੱਡ ਕੇ ਗਏ, ਮੁੜ ਕੇ ਉਹਨਾਂ ਨੂੰ ਸਾਰਾ ਜਿਹੜੀ ਕੌਂਸਲਿੰਗ ਕੀਤੀ ਗਈ, ਉਹਨਾਂ ਨੂੰ ਸਮਝਾਇਆ ਗਿਆ, ਉਹਨਾਂ ਨੂੰ ਕਿਹਾ ਕਿ ਮੁੜ ਕੇ ਰੀਜੁਆਇਨ ਕਰਵਾ ਕੇ ਅਕਾਲੀ ਦਲ ਦੇ ਵਿੱਚ ਰਹਿ ਕੇ ਤੁਸੀਂ ਅਕਾਲੀ ਦਲ ਦੀ ਵਿਰੋਧਤਾ ਕਰਕੇ ਨਵੇਂ ਅਕਾਲੀ ਦਲ ਦੀ ਗੱਲ ਕਰਨੀ ਆ। ਉਹ ਭਾਵੇਂ ਪਾਰਟੀ ਵਿਰੋਧੀ ਹੈ, ਭਾਵੇਂ ਪਾਰਟੀ ਸਾਡਾ, ਦੇਖੋ ਦੂਸਰੀ ਪਾਰਟੀ ਦੇ ਨਾਲ ਸਾਡਾ ਤਾਂ ਕੋਈ, ਉਹਦੇ ਨਾਲ ਸਾਡਾ ਕੋਈ ਲਿੱਗ ਦੇਗਾ ਨਹੀਂ ਹੈਗਾ। ਮੈਂ ਤਾਂ ਸਿਰਫ ਆਪਣੀ ਪਾਰਟੀ ਨੂੰ ਨਹੀਂ ਪੜ ਸਕਦੇ, ਕੈਪਟਨ ਸਾਹਿਬ ਕਿਸੇ ਟਾਈਮ ਅਕਾਲੀ ਦਲ 'ਚ ਰਹੇ ਨੇ। ਔਰ ਇਹ ਉਸ ਵੇਲੇ ਉਹਨਾਂ ਨੇ ਨਹੀਂ ਕੀਤੀ, ਜੇ ਉਸ ਵੇਲੇ ਕੋਈ ਗਲਤੀ ਕਰਦਾ ਸੀ ਉਹਨੂੰ ਵੀ ਮਤਲਬ ਟੋਕਦੇ, ਉਹਦੇ ਤੇ ਵੀ ਕੁਐਸਚਨ ਉੱਠਦੇ। ਦੋਸ਼ੀ ਭਾਜਪਾ ਨੂੰ ਠਹਿਰਾ ਰਹੇ, ਮੈਂ ਬਿਲਕੁਲ ਇਸ ਗੱਲ ਬਾਰੇ ਮੈਂ ਤੁਹਾਨੂੰ ਸਾਜ਼ਿਸ਼ ਕਰਾ ਰਿਹਾ, ਸਾਰੀ ਸੱਚਾ ਕੁਝ ਨਹੀਂ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜਰਨਜੀਤ ਬਰਾੜ ਦੀ ਭਾਜਪਾ ਨਾਲ ਕੀ ਹੋਈ ਹੈ। ਮੈਂ ਬਿਲਕੁਲ ਮੈਂ ਦੱਸੂਗਾ ਇਹਨਾਂ ਸਾਰੇ ਬੰਦਿਆਂ ਦੇ ਜਿਹਨਾਂ ਨਾਮ ਲਿਖੇ ਸਰ, ਮੈਂ ਤੁਹਾਨੂੰ ਬਿਲਕੁਲ ਦੱਸੂਗਾ ਕਿ ਪਾਰਟੀ ਨੂੰ, ਪਾਰਟੀ ਨਹੀਂ ਹਾਰਦੀ, ਪਾਰਟੀ ਤੋਂ ਲੋਕ ਨਹੀਂ ਦੁਖੀ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਤੋਂ ਲੋਕ ਨਹੀਂ ਦੁਖੀ, ਪਾਰਟੀ ਦੇ ਮੈਂਬਰ ਵਰਕਰ ਲੀਡਰ ਨਹੀਂ ਦੁਖੀ। ਜੇ ਦੁਖੀ ਨੇ ਸਿਰਫ ਇਹ 4-5 ਬੰਦੇ ਨੇ, ਇਹ 4-5 ਬੰਦੇ ਇਕੱਠੇ ਹੋ ਕੇ ਜਿਹੜੇ BJP ਦੀ ਸ਼ਹਿ ਦੇ ਉੱਤੇ ਜਿਹਨਾਂ ਨੇ ਮਤਲਬ ਉਹਨਾਂ ਨੂੰ ਮੋਟੀਵੇਟ ਕਰਕੇ, ਉਹਨਾਂ ਦੀ ਕੌਂਸਲਿੰਗ ਕਰਕੇ, ਉਹਨਾਂ ਨੂੰ ਤਿਆਰ ਕਰਕੇ, ਪਾਰਟੀ ਦੇ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ, ਮਤਲਬ ਮੈਨੂੰ ਨਹੀਂ ਪਤਾ ਇਸ ਪਿੱਛੇ ਕਾਰਨ ਕੀ ਹੋ ਸਕਦੇ, ਉਹਨਾਂ ਨੂੰ ਕਿਹੜੇ ਕਿਹੜੇ ਲਾਲਚ ਦਿੱਤੇ ਹੋ ਸਕਦੇ। ਇੱਕ ਮਿੰਟ ਭਾਜਪਾ ਕੋਲ ਕੈਪਟਨ ਅਮਰਿੰਦਰ ਆ ਗਏ, ਪ੍ਰਨੀਤ ਕੌਰ ਆ ਗਏ, ਰਵਨੀਤ ਬਿੱਟੂ ਆ ਗਏ, ਕਿੱਡੇ ਹਰਜੋਤ ਕਮਲ ਪਤਾ ਨਹੀਂ ਕੀ ਉਹਨਾਂ ਕੋਲ ਬੈਠਾ ਹੋਇਆ, ਉਹਨਾਂ ਨੂੰ ਲੋੜ ਕੀ ਅਕਾਲੀਆਂ ਨੂੰ? ਮੈਂ ਦੱਸਦਾ ਅਕਾਲੀ ਦਲ ਦੇ ਕੋਈ ਐਸੇ ਨਹੀਂ ਮੰਨਦੇ। ਬਿਲਕੁਲ ਕਿਉਂ ਨਹੀਂ ਮੰਨਦੇ ਜੀ? ਅਕਾਲੀ ਦਲ ਇੱਕੋ ਇੱਕ ਵਾਹਦ ਪਾਰਟੀ ਹੈ ਪੰਜਾਬ ਦੇ ਵਿੱਚ। ਮੈਂ ਤੁਹਾਨੂੰ ਫੇਰ ਗੱਲ ਕਹਿਣਾ, ਜੇ ਪਾਣੀਆਂ ਦੀ, ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬ ਦੀ ਕਿਸਾਨੀ ਦੀ ਗੱਲ, ਮੇਰੀ ਸੁਣੋ, ਮੇਰੀ ਗੱਲ ਸੁਣੋ, ਇਸੇ ਗੱਲ ਦੇ। ਭਾਜਪਾ ਕੋਲ ਕਿੱਡੀ ਕਰੀਮ ਪਈ ਹੈ ਪੰਜਾਬ ਦੀ, ਉਹ ਤੁਹਾਨੂੰ ਕਿਉਂ ਛੇੜਨਗੇ? ਉਹਨਾਂ ਨੂੰ ਦੁਸ਼ਮਣ ਜੇ ਇੱਕ ਹੈ, ਜੇ BJP ਨੂੰ ਟੱਕਰਨ ਵਾਲਾ ਪੰਜਾਬ ਦੇ ਵਿੱਚ, ਕੁਛ ਨਹੀਂ ਹੋਗਾ, ਮੈਂ ਰੱਸੀ ਸੜ ਗਈ ਵੱਟ ਨਹੀਂ। ਇਹ ਤਾਂ ਵਕਤ ਹੀ ਹੈ, ਇਹ ਵਕਤੀ ਉਭਾਰ ਹੈ ਨਰਿੰਦਰ ਮੋਦੀ ਜੀ ਦੀ BJP ਪਾਰਟੀ ਦਾ, ਜਿਹੜਾ ਹੈਗਾ ਇਹ ਵਕਤੀ ਉਭਾਰ, ਮੈਂ ਇਹਨੂੰ ਕਹੂੰਗਾ, ਇਹਨੂੰ ਵਕਤੀ ਉਭਾਰ। ਤੁਸੀਂ ਮੇਰੇ ਨਾਲ ਬੈਠੋ, ਉਹਨਾਂ ਦਾ ਰਿਕਾਰਡ ਦੀ ਬਰਾਬਰੀ ਨਰਿੰਦਰ ਮੋਦੀ ਨੇ ਕੀਤੀ ਹੈ, ਮੈਂ ਤੁਹਾਨੂੰ ਮੰਤਰੀ ਦੀ, ਲਓ ਜੀ ਤੁਸੀਂ ਕਰਦੇ ਪਏ ਹੋ ਸਾਜ਼ਿਸ਼ਾਂ। ਦਰੰਗ ਸਾਹਿਬ ਕੀ ਕਹਿੰਦੇ ਹੋ, ਤੁਹਾਨੂੰ ਲੋੜ ਹੈ ਸਾਜ਼ਿਸ਼ਾਂ ਕਰਨ ਦੀ? ਕੁਮਰਵਾਸ ਸਾਹਿਬ, ਹਾਂਜੀ,
ਪਹਿਲਾਂ ਤਾਂ ਮੈਂ ਤੁਹਾਨੂੰ ਮਲੂਕਾ ਸਾਹਿਬ 'ਤੇ ਜਵਾਬ ਦੇ ਦੇਵਾਂ। ਜੇ ਇਹਨਾਂ ਨੂੰ ਲੱਗਦਾ ਸੀਗਾ ਕਿ ਮਲੂਕਾ ਸਾਹਿਬ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ, ਜਦੋਂ ਤੁਸੀਂ ਆਪਣਾ ਜੀਜਾ ਬਾਹਰ ਕੱਢਿਆ ਮਲੂਕਾ ਸਾਹਿਬ ਨੂੰ ਕਿਉਂ ਨਹੀਂ ਕੱਢਿਆ? ਇਹਦਾ ਮਤਲਬ ਤੁਹਾਨੂੰ ਇਲੈਕਸ਼ਨਾਂ ਤੋਂ ਪਹਿਲਾਂ ਉਹਨਾਂ ਨਾਲ ਕੋਈ ਤਕਲੀਫ ਨਹੀਂ ਸੀ, ਉਹ ਤੁਹਾਡੀ ਪਾਰਟੀ ਦਾ ਪ੍ਰਚਾਰ ਕਰ ਰਹੇ ਸੀ। ਜੇ ਸੁਖਦੇਵ ਸਿੰਘ ਢੀਂਡਸਾ ਤੁਹਾਡੀ ਪਾਰਟੀ ਦੇ ਖਿਲਾਫ਼ ਕੰਮ ਕਰ ਰਹੇ ਸੀ, ਤੁਸੀਂ ਉਹਨਾਂ ਨੂੰ ਚੋਣਾਂ ਦੇ ਵਿੱਚ ਕਿਉਂ ਨਹੀਂ ਉਹਨਾਂ ਨੂੰ ਬਾਹਰ ਕੱਢਿਆ ਪਾਰਟੀ 'ਚੋਂ? ਜਦ ਤੁਸੀਂ ਚੋਣਾਂ ਹਾਰ ਗਏ ਔਰ ਤੁਹਾਡੇ ਤੇ ਲੋਕਾਂ ਨੇ ਤੁਹਾਡੀ ਲੀਡਰਸ਼ਿਪ ਤੇ ਸਵਾਲ ਚੁੱਕੇ ਸੀ ਕਿ ਜੇ ਆਪਾਂ ਅਕਾਲੀ ਦਲ ਨੂੰ ਰਿਵਾਈਵ ਕਰਨਾ ਤੇ ਸਾਰੇ ਤੁਹਾਨੂੰ ਮਿਹਨਤ ਕਰਦੇ ਆ ਵੀ ਤੁਸੀਂ ਪ੍ਰਧਾਨਗੀ ਛੱਡ ਦਿਓ। ਦੇਖੋ ਇਹ ਕੋਈ ਪਰਿਵਾਰਕ ਪਾਰਟੀ ਥੋੜੀ ਆ ਕਿ ਇੱਕੋ ਹੀ ਪਰਿਵਾਰ ਦਾ ਬੰਦਾ ਕਾਬੂ ਚਲੇਗਾ। ਅਕਾਲੀ ਦਲ ਦੇ ਵਿੱਚ ਹੋਰ ਵੱਡੇ ਵੱਡੇ ਲੀਡਰ ਨੇ, ਕਿਸੇ ਨੂੰ ਵੀ ਅੱਗੇ ਆ ਦਿੱਤਾ ਜਾ ਸਕਦਾ। ਬੀਜੇਪੀ ਵਾਲੇ ਕਹਿੰਦੇ ਆ ਕਿ ਇਹ ਕਹਿ ਰਹੇ ਕਿ ਅਕਾਲੀ ਦਲ ਦਾ ਪ੍ਰਧਾਨ ਬਦਲ ਦਿਓ। ਜੇ ਮੈਂ ਇਹਨਾਂ ਨੂੰ ਬੀਜੇਪੀ ਨੂੰ ਕਹਾਂਗੇ ਤੁਸੀਂ ਪ੍ਰਧਾਨ ਮੰਤਰੀ ਬਦਲ ਦਿਓ, ਨਰਿੰਦਰ ਮੋਦੀ ਨੂੰ ਤੁਸੀਂ ਬਦਲ ਦਿਓਗੇ? ਮੈਨੂੰ ਮੇਰੀ ਗੱਲ ਪੂਰੀ ਹੋ ਲੈਂਦੇ ਹੋ ਆਪਣਾ ਭਾਈ ਸਾਹਿਬ? ਹਾਂਜੀ, ਗੱਲ ਇਹ ਵੀ ਤੁਹਾਡੇ ਪਰਿਵਾਰ ਦੀ ਸਮੱਸਿਆ, ਅਸੀਂ ਤਾਂ ਕੁਛ ਨਹੀਂ ਕਿਹਾ। ਹੁਣ ਅੱਜ ਕੱਲ੍ਹ ਪੰਜਾਬ ਦੇ ਵਿੱਚ ਟ੍ਰੈਂਡ ਕੀ ਚੱਲਿਆ ਮਰਵਾਹਾ ਸਾਹਿਬ, ਵੀ ਕਿਸੇ ਵੀ ਪਾਰਟੀ 'ਚ ਕੁਛ ਵੀ ਹੋਵੇ ਉਹਨਾਂ ਕੋਈ ਇੱਕੋ ਹੀ ਗੱਲ ਆ ਕਿ ਬੀਜੇਪੀ 'ਤੇ ਨਜ਼ਰਾਂ ਫੜ ਦਿਓ, ਭਾਜਪਾ ਨੂੰ ਫੜ ਲਓ, ਵੀ ਸਾਨੂੰ ਤੁਹਾਡੀ ਕੀ ਲੋੜ ਆ? ਬਿਲਕੁਲ ਠੀਕ। ਜਦ ਅਸੀਂ ਤੁਹਾਨੂੰ ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦੇ ਸਕੇ, ਜੇ ਤੁਹਾਨੂੰ ਅਸੀਂ ਤੁਹਾਨੂੰ ਇੰਨੇ ਹੀ ਮਾੜੇ ਲੱਗਦੇ ਹਾਂ ਤਾਂ ਦਿੱਲੀ 'ਚ ਸਾਡੀ ਮਦਦ ਕਿਉਂ ਕਰਨ ਆਏ ਹੋ? ਅਸੀਂ ਤੁਹਾਡੇ ਕੋਲ ਮੰਗੀ ਨਹੀਂ, ਅਸੀਂ ਤੁਹਾਡੇ ਕੋਲ ਮੰਗੀ ਨਹੀਂ। ਬਿਲਕੁਲ ਠੀਕ। ਤੁਸੀਂ ਪੰਜਾਬ 'ਚ ਭੰਡ ਦਿਓ, ਦਿੱਲੀ 'ਚ ਕਹਿੰਦੇ ਹੋ ਕਿ ਸਾਨੂੰ ਬਸ ਨਾਲ ਲਾ ਲਓ ਕਿਸੇ ਵੀ ਤਰੀਕੇ, ਤੁਹਾਡੇ ਬੀਬਾ ਜੀ ਕਹਿੰਦੇ ਆ, ਔਰ ਇਸੇ ਕਰਕੇ ਅਕਾਲੀ ਤੁਹਾਡੇ ਤੋਂ ਨਾਰਾਜ਼ ਆ ਕਿ ਆਹ ਤੁਹਾਡਾ ਕੀ ਦੋਹਰਾ ਕਿਰਦਾਰ ਆ ਕਿ ਲੋਕੀ ਇਹਦੇ ਛਿੱਤਰ ਖਾਂਦੇ, ਤੁਸੀਂ ਉੱਥੇ ਕਹਿੰਦੇ ਹੋ ਸਾਨੂੰ ਨਾਲ ਲਾ ਕੱਢਦੇ ਹੋ। ਬਿਲਕੁਲ ਜੀ, ਇਸ ਤੇ ਹੀ ਆ ਜਾਓ ਹੁਣ ਤੁਸੀਂ। ਦੇਖੋ ਮੈਂ ਇਹ ਜਿਵੇਂ ਬਾਰ ਬਾਰ ਇਸ ਗੱਲ ਦਾ ਜ਼ਿਕਰ ਕਰਦੇ, ਮੈਂ ਤੁਹਾਨੂੰ ਫੇਰ ਇਹਦੇ ਬਾਰੇ ਸਪਸ਼ਟੀਕਰਨ ਦੇਣਾ ਚਾਹੁੰਦਾ ਕਿ ਬੀਜੇਪੀ ਅਕਾਲੀ ਦਲ ਦੇ ਲੀਡਰਾਂ ਰਾਹੀਂ, ਖਰੀਦੇ ਗਏ ਲੀਡਰਾਂ ਰਾਹੀਂ ਆਪਣੇ ਪੈਰ ਪੰਜਾਬ ਦੇ ਵਿੱਚ ਪੱਕੇ ਕਰਨਾ ਚਾਹੁੰਦੀ ਹੈ। ਬੀਜੇਪੀ ਜਿਹੜੀਆਂ 2027 ਦੀਆਂ ਆਉਣ ਵਾਲੀਆਂ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਉਹਦੇ ਵਿੱਚ ਮਤਲਬ ਜਿਹੜੀ ਮੱਲ ਮਾਰਨ ਦੀ ਜਿਹੜੀ ਆਸ ਚੋਇਸ ਰੱਖਦੀ, ਮੇਰੇ ਸਵਾਲ ਦਾ ਜਵਾਬ ਹੀ ਨਹੀਂ ਦੇ ਰਹੇ। ਮੈਂ ਤੁਹਾਨੂੰ ਦੱਸ ਰਿਹਾ, ਦਿੱਲੀ 'ਚ ਕਿਉਂ ਮਦਦ ਕਰਦੇ ਹੋ? ਇੱਥੋਂ ਤੁਹਾਡੇ ਕੋਲ ਮੰਗਣ ਹੀ ਨਹੀਂ ਆਏ। ਜਵਾਬ ਦੇ ਦਿਓ। ਚਲੋ ਮੈਂ ਤੁਹਾਨੂੰ ਦੱਸਦਾ, ਉਹਦੇ ਵਿੱਚ ਕੀ ਹੈ, ਸਾਡੇ ਕੋਲ ਦੋ ਆਪਸ਼ਨਾਂ ਨੇ। ਇੱਕ ਪਾਸੇ ਨਰਿੰਦਰ ਮੋਦੀ ਹੈ, ਇੱਕ ਪਾਸੇ ਸਾਡੇ ਕੋਲ ਕਾਂਗਰਸ ਹੈ ਜਿਹਨੇ ਹਰਿਮੰਦਰ ਸਾਹਿਬ ਤੇ ਅਟੈਕ, ਅਕਾਲ ਤਖ਼ਤ ਸਾਹਿਬ ਤੇ ਅਟੈਕ ਕਰਾਇਆ, ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਜਿਹਨਾਂ ਨੇ ਇਹਨਾਂ ਦਾ ਸੀਟਾਂ ਲੈ ਕੇ ਪੰਜਾਬ 'ਚ ਤੁਹਾਡੇ ਫਿਰ ਹਾਲਤ ਕੀ ਹੋਈ ਹੈ ਤੁਹਾਡੀ? ਪਰ ਸਾਡੀ 13 ਤੋਂ 13 'ਚ ਗਿਣੀ ਨਹੀਂ ਰਹੇ ਸੀਗੇ ਜਿਹੜੇ ਸਿੱਖ ਹੈਗੇ ਆ, ਉਹ ਉਹਨਾਂ ਦੇ ਜਿਹੜੇ ਜ਼ਖਮ ਉਹ ਸਦੀ ਵੀ ਜਿਹੜੇ ਅੱਲੇ ਰਹਿਣਗੇ। ਸੁਖਬੀਰ ਬਾਦਲ ਨੂੰ ਅੱਜ ਵੀ ਆਪਣੀ ਹਾਰ ਦਾ ਖਤਰਾ ਸੀ, ਇਸੇ ਕਰਕੇ ਖੜੇ ਨਹੀਂ ਹੋਏ, ਇਸੇ ਕਰਕੇ ਕਿਹਾ ਜਾ ਰਿਹਾ ਮੰਦੋ ਨਾਰੰਗ ਸਾਹਿਬ। ਨਹੀਂ ਇਹ ਗੱਲ, ਮੈਂ ਤੁਹਾਡੀ ਇਸ ਗੱਲ ਨੂੰ ਕੰਡੈਮ ਕਰਦਾ, ਸੁਖਬੀਰ ਬਾਦਲ ਜੀ ਸਾਡੇ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਦੇਖੋ ਮੇਰੀ ਗੱਲ ਸੁਣੋ, ਉਹ ਪਿਛਲੇ 4 ਮਹੀਨੇ ਤੋਂ ਅਪ੍ਰੈਲ ਮਈ ਜੂਨ ਉਹਨਾਂ ਨੇ ਜਿਹੜਾ ਮਾਰਚ ਤੋਂ ਲੈ ਕੇ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢਦੇ ਸਾਰਾ ਚਾਹੁੰਦੇ, ਉਹ ਨਹੀਂ ਖੜੇ ਹੋਏ, ਉਹ ਪੰਜਾਬ 'ਚ ਨਹੀਂ ਗਏ, ਦੂਜੀ ਪਾਰਟੀ ਦੀ ਗੱਲ ਕਰਦੇ ਆਪਾਂ। ਉਹ ਬਈ ਵੱਡੀਆਂ ਪਾਰਟੀਆਂ ਨੇ, ਸਰਮਾਏਦਾਰ ਪਾਰਟੀਆਂ ਨੇ, ਉਹ ਉਹਨਾਂ ਕੋਲ ਤੁਸੀਂ ਸਰਮਾਏਦਾਰ ਨਹੀਂ ਹੈਗੇ। ਮੈਂ ਤਾਂ ਸਾਡੀ ਤਾਂ ਸਿਰਫ ਮੈਂ ਤੁਹਾਨੂੰ ਦੱਸਦਾ, ਸਾਡੀ ਖੇਤਰੀ ਪਾਰਟੀ ਹੈ, ਪੰਜਾਬ ਦੀ ਪਾਰਟੀ ਹੈ, ਸਾਡੇ ਕੋਲ ਇੰਨੇ ਸੋਰਸ ਨਹੀਂ ਹੈਗੇ। ਸਾਡੇ ਪ੍ਰਧਾਨ ਜੀ ਨੇ ਪੂਰੇ ਪੰਜਾਬ ਦੇ ਵਿੱਚ ਪੂਰੇ ਕੈਂਡੀਡੇਟਸ ਦੇ ਲਈ ਪ੍ਰਚਾਰ ਕੀਤਾ, ਪੰਜਾਬ ਦੀਆਂ ਜਿੰਨੀਆਂ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ਼ ਜਿਹੜਾ ਲੋਕਾਂ ਨੂੰ ਲਾਮਬੰਦ ਕੀਤਾ, ਲੋਕਾਂ ਨੂੰ ਜਾਗਰੂਕ ਕੀਤਾ। ਤੇ ਹੁਣ ਪ੍ਰਧਾਨ ਜੀ ਜੇ ਆਪ ਇਲੈਕਸ਼ਨ ਮਤਲਬ ਲੜਦੇ ਤਾਂ ਫਿਰ ਚਲੋ, ਮੈਂ ਇੱਥੇ ਆ ਰਿਹਾ ਉਸੇ ਸਵਾਲ ਤੇ ਬਾਰ ਬਾਰ ਆ ਰਿਹਾ ਕਿ ਭਾਜਪਾ ਦੀ ਗੱਲ ਵੀ ਕਰੀਏ, ਉਹ ਕਰੀਮ ਤਾਂ ਪੱਟ ਕੇ ਲੈ ਗਏ, ਹਰ ਪਾਰਟੀ ਵਿੱਚੋਂ ਕੱਢ ਕੇ ਲੈ ਗਏ, ਦੁੱਧ 'ਚੋਂ ਕਰੀਮ ਕੱਢ ਲਈ ਉਹਨਾਂ ਨੇ, ਤੇ ਫਿਰ ਤੁਹਾਨੂੰ ਕਿਉਂ ਛੇੜਦੇ ਪਿਆ, ਕਿਉਂ ਤੰਗ ਕਰ ਰਹੇ ਤੁਸੀਂ ਆਪਣੀ, ਕਿੱਥੇ ਕੁ ਤੁਸੀਂ ਸਮਝਦੇ ਹੋ ਆਪਣੇ ਆਪ ਨੂੰ? ਮੈਂ ਤੁਹਾਨੂੰ ਦੱਸ ਰਿਹਾ ਨਾ, ਉਹੀ ਤਾਂ ਤੁਹਾਨੂੰ ਉਸੇ ਗੱਲ ਦੇ ਉੱਤੇ ਮੈਂ ਆ ਰਿਹਾ ਕਿ ਜਿਹੜੀ ਜੇ ਬੀਜੇਪੀ ਦਾ ਤੋੜ ਪੰਜਾਬ ਦੇ ਵਿੱਚ ਜੇ ਹੈ, ਜਾਂ ਜਿਹੜੀ ਸਭ ਤੋਂ ਵੱਡੀ, ਸਭ ਤੋਂ ਅਹਿਮ, ਸਾਨੂੰ ਸਭ ਤੋਂ ਵੱਧ ਲੋਕਾਂ ਨੂੰ ਲੋਕਾਂ ਦੀ ਪਿਆਰ ਕਰਨ ਵਾਲੀ ਪਾਰਟੀ ਅਕਾਲੀ ਦਲ ਹੈ, ਪੰਥ ਦੀ ਨੁਮਾਇੰਦਾ ਜਮਾਤ ਹੈ, ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, ਔਰ ਕਿਸਾਨੀ ਦੀ, ਮਜ਼ਦੂਰਾਂ ਦੀ, ਦਲਿਤਾਂ ਦੀ ਜੇ ਕਿਸੇ 'ਤੇ
ਭਰੋਸਾ ਰੱਖਦੇ ਆ, ਚਾਹੇ ਉਹ ਵੈਲਫੇਅਰ ਸਕੀਮਾਂ ਦੀ ਗੱਲ ਹੋਵੇ, ਚਾਹੇ ਉਹ ਕਿਸਾਨੀ ਮੁੱਦਿਆਂ ਦੀ ਗੱਲ ਹੋਵੇ, ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਚਾਹੇ ਹਰ ਤਰ੍ਹਾਂ ਦੇ ਪੰਜਾਬੀ ਬੋਲਦੇ ਇਲਾਕੇ ਦੀ ਗੱਲ ਹੋਵੇ, ਉਹਦੀ ਜਿਹੜੀ ਪੈਰਵੀ ਹੈ ਉਹ ਪੰਜਾਬ ਆਪਣੇ ਅਕਾਲੀ ਦਲ ਨੇ ਕੀਤੀ ਹੈ। ਇਸੇ ਗੱਲ ਤੋਂ, ਇਸੇ ਗੱਲ ਨੂੰ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ, ਖਤਮ ਕਰਨ ਵਾਸਤੇ ਬੀਜੇਪੀ ਵੱਲੋਂ ਅਕਾਲੀ ਦਲ ਦੇ ਹੀ ਲੀਡਰਾਂ ਦੇ ਵਿੱਚ ਕੁਛ ਭੈਟ ਕਰਵਾ ਕੇ ਉਹਨਾਂ ਦੇ ਸਾਥ ਸਾਥ ਰੱਖਿਆ। ਤੁਹਾਡੀ ਅੱਜ ਸੁਖਬੀਰ ਬਾਦਲ ਨਾਲ ਮੀਟਿੰਗ ਵੀ ਹੋਈ ਹੈ, ਭਾਜਪਾ ਦੀ ਚਰਚਾ ਹੋਇਆ, ਉਹ ਚ ਵੀ ਭਾਜਪਾ ਕਰਵਾ ਰਹੀ ਹੈ। ਦੇਖੋ ਤਾਂ ਹੁਣ ਦੁਨੀਆ ਨੂੰ ਪਤਾ ਹੈ, ਦੇਖੋ ਮੈਂ ਪਾਰਟੀ ਦੇ ਵਿੱਚ ਅੰਦਰ ਬੈਠ ਕੇ ਡਿਸਕਸ ਕਿਹੜੀਆਂ ਕਿਹੜੀਆਂ ਗੱਲਾਂ ਹੋਈਆਂ ਉਹਨਾਂ ਨੂੰ ਮੈਂ ਪਬਲਿਕਲੀ ਚੈਨਲ ਲਾਈਵ ਨਹੀਂ ਕਰਦਾ। ਭਾਜਪਾ ਦੀ ਚਰਚਾ ਹੋਈ, ਦੇਖੋ ਮੇਰੇ ਬਿਲਕੁਲ ਨਹੀਂ ਹੋ ਜਾਏਗਾ ਨਾ, ਬਾਕੀ ਸੁਖਬੀਰ ਬਾਦਲ ਭਾਜਪਾ ਤੋਂ ਡਰੇ। ਮੈਂ ਤੁਹਾਨੂੰ ਦੱਸਦਾ ਇਹ ਲੋਕਾਂ ਦੇ ਵਿੱਚ ਪਰਵਾਹ ਹੈ ਇਸ ਗੱਲ ਦਾ, ਸਾਰੇ ਲੋਕ ਕਹਿੰਦੇ, ਮੈਂ ਨਹੀਂ ਕਹਿੰਦਾ ਜਾਂ ਤੁਸੀਂ ਨਹੀਂ ਕਹਿੰਦੇ, ਸਾਰੇ ਕਹਿੰਦੇ ਆ ਕਿ ਬੀਜੇਪੀ ਦੀ ਸਾਜਿਸ਼ ਦੇ ਨਾਲ, ਹੁਣ ਤੁਸੀਂ ਦੇਖ ਲਓ ਇਹਨਾਂ ਦਾ ਸੰਬੰਧ ਕਿਤੇ ਨਾ ਕਿਤੇ ਜੁੜਦਾ ਜਾ ਕੇ ਕਿੱਥੇ ਜਾ ਕੇ ਜੁੜਦਾ। ਹੁਣ ਰੱਖੜਾ ਸਾਹਿਬ ਨੇ, ਰੱਖੜਾ ਸਾਹਿਬ ਦੇ ਭਰਾ ਸਪੈਸ਼ਲ ਅਮਰੀਕਾ ਤੋਂ ਆ ਕੇ ਸੰਧੂ ਸਾਹਿਬ ਦੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਜਿਹੜੀ ਹਮਾਇਤ ਕੀਤੀ ਹੈ, ਉਹਨਾਂ ਨੂੰ ਪਾਰਟੀ ਫੰਡ ਦਿੱਤਾ ਤੇ ਉੱਥੇ ਜਾ ਕੇ ਮਹੀਨਾ ਉਹਨਾਂ ਦੀ ਇਲੈਕਸ਼ਨ ਦੇ ਵਿੱਚ ਰਹੇ ਹੈ, ਉਹ ਕਿਉਂ? ਗੁਰਦਾਸਪੁਰ ਲੰਮਾ ਸਮਾਂ ਭਾਜਪਾ ਨੇ ਰਾਜ ਕੀਤਾ, ਵਿਨੋਦ ਖੰਨਾ ਸਾਹਿਬ 3 ਵਾਰ ਰਹੇ, ਸੰਨੀ ਦਿਓਲ ਵੀ ਬਣੇ ਉੱਥੋਂ, ਕਹਿੰਦੇ 20 ਸਾਲ ਰਾਜ ਕੀਤਾ ਭਾਜਪਾ ਨੇ, ਪਰ ਐਤਕੀ ਨਹੀਂ ਸਫਲਤਾ ਮਿਲੀ। ਦਿਨੇਸ਼ ਬੱਬੂ ਖੜੇ ਹੋਏ ਸੀ, ਕਹਿੰਦੇ ਵੀ ਗੁਰਦਾਸਪੁਰ ਭਾਜਪਾ ਹਮੇਸ਼ਾ ਅਕਾਲੀ ਦਲ ਦੇ ਸਿਰ ਤੇ ਜਿੱਤਦੀ ਆਈ ਸੀ, ਐਤਕੀ ਅਕਾਲੀ ਦਲ ਨਾਲ ਨਹੀਂ ਸੀ ਤੇ ਹਾਰ ਗਏ ਹੋ, ਮੰਨਦੇ ਹੋ ਇਹ ਚੀਜ਼ ਨਰੰਗ ਸਾਹਿਬ? ਦੇਖੋ ਐਸਾ ਮਰਵਾਹ ਸਾਹਿਬ ਕੀ ਗੁਰਦਾਸਪੁਰ ਨਹੀਂ, ਆਪਾਂ 13 13 ਦੀ 13 ਸੀਟਾਂ ਦੀ ਤੁਹਾਡੇ ਨਾਲ ਗੱਲ ਕਰਾਂਗੇ, ਅਸੀਂ ਹੁਸ਼ਿਆਰਪੁਰ ਵੀ ਜਿੱਤਦੇ ਰਹੇ, ਅਸੀਂ ਅੰਮ੍ਰਿਤਸਰ ਵੀ ਜਿੱਤਦੇ ਰਹੇ ਹਾਂ ਸਰ, ਮੈਂ ਉੱਥੇ ਆ ਰਿਹਾ ਨਾ, ਅਸੀਂ ਅਕਾਲੀ ਦਲ ਨੂੰ ਛੱਡ ਕੇ ਪਹਿਲੀ ਵਾਰ ਇਕੱਲੇ ਚੋਣਾਂ ਲੜੀਆਂ, ਉਹ ਪਹਿਲੇ ਚੋਣਾਂ ਲੜੀਆਂ, ਠੀਕ ਹੈ, ਸਾਨੂੰ ਸਫਲਤਾ ਕਿਸੇ ਵੀ ਸੀਟ 'ਤੇ ਨਹੀਂ ਮਿਲੀ, ਚਾਹੇ ਗੁਰਦਾਸਪੁਰ ਆ, ਚਾਹੇ ਹੁਸ਼ਿਆਰਪੁਰ ਆ, ਚਾਹੇ ਅੰਮ੍ਰਿਤਸਰ, ਇਹ ਤੈਨੂੰ ਅਸੀਂ ਪਹਿਲਾਂ ਲੜਦੇ ਸੀ, ਹੁਣ ਦੀਆਂ ਗੱਲਾਂ ਸਰ, ਅਸੀਂ ਪਹਿਲਾਂ ਵੀ ਲੜਦੇ ਸੀ ਨਾ, ਅਲਾਇੰਸ 'ਚ ਹੁਸ਼ਿਆਰਪੁਰ ਵੀ ਲੜਦੇ ਸੀ, ਅਲਾਇੰਸ ਅੰਮ੍ਰਿਤਸਰ ਅਲਾਇੰਸ 'ਚ ਹੀ ਜਿੱਤਦੇ ਸੀ। ਸੁਣ ਤਾਂ ਲਓ ਨਾ ਜੀ ਗੱਲ, ਸਾਨੂੰ ਲੋਕਾਂ ਨੇ 9% ਤੋਂ 18% ਦੇ ਲੈਣਾ, ਸਾਡਾ ਵੋਟ ਸ਼ੇਅਰ ਵਧਿਆ, ਇਹਨਾਂ ਦਾ ਘਟਿਆ। ਅਗਲੀ ਵਾਰ ਤੱਕ ਅਸੀਂ ਹੋਰ ਇੰਪਰੂਵ ਕਰਨਾ, ਜਦੋਂ ਅਸੀਂ ਦੁਬਾਰਾ ਸ਼ੁਰੂ ਹੋਏ ਹਾਂ, 3 ਤੋਂ ਆਪਾਂ 13 'ਤੇ ਲੜਨੀ ਆ, 0 ਤੋਂ ਸ਼ੁਰੂ ਹੋਏ ਹਾਂ, ਅਗਲੀ ਵਾਰ ਨੂੰ ਹੋਰ ਅੱਛਾ ਪ੍ਰਦਰਸ਼ਨ ਕਰਾਂਗੇ। ਹੁਣ ਇਹਨਾਂ ਦੀ ਗੱਲ ਤਾਂ ਮੈਂ ਜਵਾਬ ਜ਼ਰੂਰ ਦੇਣਾ ਚਾਹੂੰਗਾ, ਜਿਹੜਾ ਵਾਰ ਵਾਰ ਭਾਰਤੀ ਜਨਤਾ ਪਾਰਟੀ ਦੇ ਇਲਜ਼ਾਮ ਲਗਾਉਂਦੇ ਨੇ। ਦੇਖੋ ਹਰ ਪੋਲੀਟੀਕਲ ਪਾਰਟੀ ਨੇ ਆਪਣਾ ਗ੍ਰਾਫ ਵਧਾਉਣਾ, ਆਪਣੀ ਮੈਂਬਰਾਂ ਦੀ ਗਿਣਤੀ ਵਧਾਉਣੀ, ਆਪਣਾ ਆਧਾਰ ਵਧਾਉਣਾ, ਇਹ ਹਰ ਪੋਲੀਟੀਕਲ ਪਾਰਟੀ ਕਰਦੀ ਆ। ਹੁਣ ਤੁਸੀਂ ਆਪਣੀ ਪਾਰਟੀ ਕਿਵੇਂ ਬਚਾਉਣੀ, ਇਹ ਤੁਹਾਡਾ ਕੰਮ ਆ। ਤੁਸੀਂ ਇਹ ਕਹਿ ਕੇ ਦੇਖੋ ਰਾਜਨੀਤੀ ਇਸ ਤਰੀਕੇ ਕਰਦੇ ਰਹੋਗੇ ਭਾਵੇਂ ਇਦਾਂ ਚਾੜਾ ਤੁਸੀਂ ਕਹਿ ਰਹੇ ਹੋ। ਬਰਵਾਹਾ ਜੀ ਗੱਲ ਇਹ ਹੁੰਦੀ ਆ ਕਿ ਤੁਸੀਂ ਆਪਣਾ, ਹੁਣ ਆਮ ਆਦਮੀ ਪਾਰਟੀ ਦੇਖੋ 10 ਸਾਲਾਂ 'ਚ ਕਿੱਥੋਂ ਕਿੱਥੇ ਆਈ, ਆਮ ਆਦਮੀ ਪਾਰਟੀ ਦਾ ਕੋਈ ਕੈਡਰ ਤਾਂ ਨਹੀਂ ਸੀਗਾ ਨਾ, ਉਹਨਾਂ ਨੇ ਕੋਈ ਬੰਦਾ ਇੱਧਰੋਂ ਆਇਆ, ਕੋਈ ਉੱਧਰੋਂ ਆਇਆ, ਪਾਰਟੀ ਬਣ ਗਈ, ਪਾਰਟੀ ਦੇ ਵਿੱਚ ਸਿਸਟਮ ਚੱਲ ਰਿਹਾ। ਬਿਲਕੁਲ ਠੀਕ ਹੈ। ਹੁਣ ਇੱਦੀ ਭਾਰਤੀ ਜਨਤਾ ਪਾਰਟੀ ਆਪਣੇ ਆਪ ਦੇ ਵਿੱਚ ਪੰਜਾਬ 'ਚ ਖੜੀ ਹੋ ਰਹੀ ਹੈ, ਲੀਡਰ ਆ ਰਹੇ ਨੇ, ਲੀਡਰ ਜੁਆਇਨ ਕਰ ਰਹੇ ਨੇ, ਅਤੇ ਇਹ ਤਾਂ ਜਿਹੜਾ ਛੱਡ ਕੇ ਆ ਰਿਹਾ ਉਹਨੇ ਦੇਖਣਾ ਕਿ ਉਹਨੂੰ ਇੱਧਰ ਕਿਹੜਾ ਬੈਟਰ ਫਿਊਚਰ ਦੇਖਦਾ ਪੋਲੀਟੀਕਲ ਫੀਲਡ ਦੇ ਵਿੱਚ, ਔਰ ਤੁਹਾਡੇ ਵਾਲੇ ਪਾਸੇ ਕੀ ਡਿਸਐਡਵਾਂਟੇਜ ਆ। ਫਿਰ ਉਹੀ ਗੱਲ ਆ ਜਾਂਦੀ ਨਾ ਕਿ ਤੁਸੀਂ ਆਪਣਾ ਕੁਨਬਾ ਕਿਵੇਂ ਬਚਾਉਣਾ ਹੈ, ਤੁਸੀਂ ਦੇਖੋ। ਇਹ ਆਪਾਂ ਕਿਸੇ 'ਤੇ ਇਲਜ਼ਾਮ ਲਾ ਕੇ, ਦੇਖੋ ਤੁਸੀਂ ਇਲਜ਼ਾਮ ਲਾਈ ਜਾਓਗੇ, ਲੀਡਰ ਤੁਹਾਨੂੰ ਛੱਡੀ ਜਾਣਗੇ, 2 ਜਣੇ ਰਹਿ ਜਾਣਗੇ, ਮਜੀਠੀਆ ਸਾਹਿਬ ਅਤੇ ਸੁਖਬੀਰ ਜੀ, 2 ਜਣੇ ਰਹਿ ਜਾਣਗੇ, ਤੁਸੀਂ ਕੋਸੀ ਜਾਓ, ਤੁਹਾਡੇ ਕੋਸਣ ਦੇ ਨਾਲ ਲੋਕਾਂ ਦਾ ਨਰੇਟਿਵ ਥੋੜੀ ਬਦਲ ਜਾਣਾ। ਤੁਸੀਂ ਸਾਨੂੰ ਇੱਥੇ ਬੈਠੇ ਕੋਸੀ ਜਾਓ, ਬੀਜੇਪੀ ਆ ਕਰਾ ਰਹੀ ਹੈ, ਬੀਜੇਪੀ ਉਹ ਕਰਾ ਰਹੀ ਆ, ਪਰ ਜ਼ਮੀਨੀ ਹਕੀਕਤ ਤਾਂ ਤੁਹਾਨੂੰ ਸਮਝ ਨਹੀਂ ਪਏਗੀ ਕਿ ਤੁਹਾਡਾ ਆਧਾਰ ਖਤਮ ਹੋ ਰਿਹਾ। ਤੁਹਾਨੂੰ ਆਪਣੇ ਅੰਦਰ ਪੜਤਾਲ ਕਰਨ ਦੀ ਲੋੜ ਆ, ਜਦ ਨਾ ਕਿ ਦੂਸਰਾ ਤੇ ਇਲਜ਼ਾਮ ਲਗਾਉਣ ਦਾ। ਇੰਦਰਾਂ ਸਾਹਿਬ ਇਹਨਾਂ ਜਵਾਬ ਪੁਰਖਾਲ ਜੀ ਤੋਂ ਲਵਾਂਗੇ, ਸਲਾਵਤਪੁਰਾ ਕਾਂਡ ਆਪਣਾ, ਉਸ ਤੋਂ ਬਾਅਦ ਡੇਰਾ ਸੱਚਾ ਸੌਦਾ ਦਾ ਫੇਵਰ, ਬੁਰਜ ਜਵਾਹਰ ਸਿੰਘ ਫਰੀਦਕੋਟ ਕਾਂਡ ਅਤੇ ਸੁਮੇਧ ਸੈਣੀ, ਕਿਸ ਤਰ੍ਹਾਂ ਸੋਚਦੇ ਹੋ ਐਜ਼ ਆ ਸਿਟੀਜ਼ਨ ਆਫ ਪੰਜਾਬ ਵੀ, ਇਹ 4 ਇਸ਼ੂ ਵਾਕਈ ਪੰਜਾਬ ਨਾਲ ਧੋ ਕਰਮ ਧਰੋ ਕਮਾਉਣ ਵਾਲੇ ਸੀ ਭਾਜਪਾ ਦੇ, ਅਕਾਲੀ ਦਲ ਦੇ?
ਦੇਖੋ ਇਹਦੇ ਮੈਂ ਇਹਦੀ ਪੜਤਾਲ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਵੀ ਇਹਨਾਂ ਨੇ ਕੀ ਲਿਖਿਆ, ਇਹ ਕੱਲ੍ਹ ਨੂੰ ਇਕੱਠੇ ਹੋ ਜਾਣਗੇ, ਇਹਨਾਂ ਨੇ ਕਹਿਣਾ ਜੀ ਉਹ ਜੀ ਗਲਤੀ ਨਾਲ ਚਿੱਠੀ ਲਿਖੀ ਗਈ ਸੀ। ਮੈਂ ਇਹਨਾਂ ਚੀਜ਼ਾਂ 'ਚ, ਮੈਂ ਭਾਰਤੀ ਜਨਤਾ ਪਾਰਟੀ ਦਾ ਪ੍ਰਵਕਤਾ, ਮੈਂ ਇਹਨਾਂ ਚੀਜ਼ਾਂ 'ਚ ਨਹੀਂ ਪੈਣਾ ਚਾਹੁੰਦਾ। ਹਾਂ ਪਰ ਇਹ ਇਹਨਾਂ ਲਈ ਆਪਤਮ ਪੜਚੋਲ ਦੀ ਜ਼ਰੂਰਤ ਹੈ ਇਹਨਾਂ ਨੂੰ ਕਿ ਵੀ ਸਾਡਾ ਗ੍ਰਾਫ ਕਿੱਥੇ ਜਾ ਰਿਹਾ। ਹੁਣ ਦੇਖੋ ਨਾ ਤੁਸੀਂ ਜੇ ਕਹੋ ਵੀ ਇਲਜ਼ਾਮ ਲਾਉਣ ਦੇ ਨਾਲ ਤੁਸੀਂ ਅਕਾਲੀ ਦਲ ਰਿਵਾਈਵ ਕਰ ਜੂਗਾ, ਨਹੀਂ ਐਸਾ ਨਹੀਂ ਹੋਣਾ। ਤੁਹਾਨੂੰ ਜ਼ਮੀਨ 'ਤੇ ਬੈਠ ਕੇ ਸੋਚਣਾ ਪਊਗਾ। ਦੇਖੋ ਹਰ ਪਾਰਟੀ ਇੱਕ ਡੈਮੋਕ੍ਰੇਟਿਕ ਸਿਸਟਮ ਆ। ਭਾਈ ਸਾਹਿਬ ਨੇ ਗੱਲ ਕੀਤੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਹਰ 3 ਸਾਲ ਬਾਅਦ ਪ੍ਰਧਾਨ ਬਦਲਦਾ, ਤੁਸੀਂ ਦੱਸੋ ਤੁਹਾਡੀ ਪਾਰਟੀ 'ਚ ਕਦੋਂ ਬਦਲਦਾ? ਕਾਂਗਰਸ ਪਾਰਟੀ ਵੀ ਬਦਲਦੀ ਆ, ਕਾਂਗਰਸ ਪਾਰਟੀ ਵੀ ਬਦਲਦੀ ਆ, ਇੱਕ ਆਮ ਆਦਮੀ ਪਾਰਟੀ ਦਾ ਅੱਜ ਤੱਕ ਨੈਸ਼ਨਲ ਕਨਵੀਨਰ ਨਹੀਂ। ਇੱਕ ਆਮ ਆਦਮੀ ਪਾਰਟੀ 'ਚ ਡੈਮੋਕ੍ਰੇਸੀ ਨਹੀਂ ਹੈਗੀ। ਜਦੋਂ ਦਾ ਬਣਿਆ ਕੇਜਰੀਵਾਲ ਸਾਹਿਬ ਪ੍ਰਧਾਨ ਆ, ਉਹੀ ਮੁੱਖ ਮੰਤਰੀ, ਉਹੀ ਪ੍ਰਧਾਨ ਪੰਜਾਬ 'ਚ, ਭਗਵੰਤ ਮਾਨ ਮੁੱਖ ਮੰਤਰੀ, ਭਗਵੰਤ ਮਾਨ ਸਾਹਿਬ ਪ੍ਰਧਾਨ। ਇੱਕ ਅਕਾਲੀ ਦਲ ਦੂਸਰੀ ਐਸੀ ਪਾਰਟੀ ਆ ਕਿ ਜੀ ਇੱਕੋ ਹੀ ਪਰਿਵਾਰ, ਜੇ ਮੁੱਖ ਮੰਤਰੀ ਬਣੂਗੇ ਤਾਂ ਵੀ ਉਹੀ, ਪ੍ਰਧਾਨ ਬਣੂਗੇ ਤਾਂ ਵੀ ਉਹੀ। ਇਹ ਤੁਹਾਨੂੰ ਅੰਦਰ ਸੋਚਣ ਦੀ ਜ਼ਰੂਰਤ ਆ। ਇਹੀ ਮੈਂ ਤੁਹਾਨੂੰ ਦੱਸਦਾ ਨਾ, ਬੀਜੇਪੀ ਨੂੰ ਤਕਲੀਫ ਕਿਆ? ਮੈਂ ਤੁਹਾਨੂੰ ਉਹੀ ਦੱਸਦਾ ਨਾ ਜੀ, ਬੀਜੇਪੀ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੋਂ ਤਕਲੀਫ ਕਿਉਂ ਹੈ, ਇਹ ਮੈਂ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ। ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕਰਦਾ, ਤਕਲੀਫ ਦੀ ਗੱਲ ਹੀ ਨਹੀਂ ਕਰਦਾ। ਮੈਂ ਤੁਹਾਨੂੰ ਦੱਸਦਾ, ਇਹ ਜੇ ਕਹਿੰਦੇ ਨਾ ਜੀ ਵੀ ਬਦਲ ਦਾ ਨਹੀਂ ਪ੍ਰਧਾਨ, ਮੈਂ ਤੁਹਾਨੂੰ ਇਹਨਾਂ ਨੂੰ ਤਕਲੀਫ ਕੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਿਸਾਨ ਵਿਰੋਧੀ ਬਿੱਲ ਜਿਹੜੇ ਪੰਜਾਬ ਦੇ ਵਿੱਚ ਮੋਦੀ ਸਰਕਾਰ ਲੈ ਕੇ ਆਈ ਸੀ, ਇਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਜਿੱਥੇ ਤੱਕ ਚਿਪਕਣ ਵਾਲੀ ਗੱਲ ਹੈ, ਮੈਂ ਇਹਨਾਂ ਦਾ ਸਤਿਕਾਰ ਕਰਦਾ ਹਾਂ, ਬੀਜੇਪੀ ਦੇ ਬੁਲਾਰੇ ਨੇ ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਸਲਾਹ ਦਿੱਤੀ, ਪਰ ਇਹਦੇ ਬਾਰੇ ਮੈਂ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਪ੍ਰਧਾਨ ਜੀ ਨੇ ਕੋਰ ਕਮੇਟੀ ਦੇ ਵਿੱਚ ਇਸ ਗੱਲ ਨੂੰ ਕਹਿਤਾ ਸੀ ਸਾਰੇ, ਜਿੱਥੇ ਦੇਖੋ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਮਤਲਬ ਚਾਹੁੰਦੇ ਹੋ ਵੀ ਪ੍ਰਧਾਨ ਬਦਲਣ ਦੇ ਨਾਲ ਪਾਰਟੀ ਦਾ ਸੁਧਾਰ ਹੋ ਸਕਦਾ, ਤੇ ਮੈਂ ਤਾਂ ਹੁਣ ਤੁਸੀਂ ਕਹਿੰਦੇ ਹੋ ਵੀ ਮੈਂ ਰਿਜ਼ਾਇਨ ਕਰ ਦਿੰਦਾ, ਪ੍ਰਧਾਨ ਜੀ ਤਾਂ ਆਪ ਰਿਜ਼ਾਇਨ ਕਰਨਾ ਚਾਹੁੰਦੇ ਆ, ਪਰ ਮੈਂ ਤੁਹਾਨੂੰ ਦੱਸਦਾ ਕਿ 117 ਹਲਕੇ ਦੇ ਇੰਚਾਰਜ ਦੇ ਵਿੱਚੋਂ 2-4 ਨੂੰ ਛੱਡ ਕੇ 110-12 ਜਿਹੜੇ ਹਲਕਾ ਇੰਚਾਰਜ ਨੇ ਉਹ ਸੁਖਬੀਰ ਜੀ ਦੇ ਨਾਲ ਹੈ। ਕੋਰ ਕਮੇਟੀ ਦੀ ਮੀਟਿੰਗ ਹੋਈ, ਉਹਦੇ ਵਿੱਚ ਸਾਰਿਆਂ ਨੇ ਸਰਬਸੰਮਤੀ ਨਾਲ ਪ੍ਰਧਾਨ ਜੀ ਨੂੰ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪ੍ਰਧਾਨ ਮੰਨਿਆ। ਜ਼ਿਲ੍ਹਾ ਇੰਚਾਰਜਾਂ ਦੀ ਮੀਟਿੰਗ ਹੋਈ, ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਹੋਈ, ਅੱਜ ਐਸਸੀ ਵਿੰਗ ਦੀ ਮੀਟਿੰਗ ਸੀਗੀ, ਮਤਲਬ ਹਰ ਕੈਟਾਗਰੀ ਦੀ ਵੀਸੀ ਵਿੰਗ ਦੀ ਮੀਟਿੰਗ ਹੋਣ ਜਾ ਰਹੀ ਹੈ। ਹਰ ਕੈਟਾਗਰੀ ਨੂੰ, ਹਰ ਲੈਵਲ ਦੇ ਬੰਦੇ ਨੂੰ, ਵਰਕਰ ਨੂੰ, ਆਗੂ ਨੂੰ ਬੁਲਾ ਕੇ ਸੁਣਿਆ ਜਾ ਰਿਹਾ, ਉਹਦੀਆਂ ਭਾਵਨਾਵਾਂ ਦੀ ਸਵੈ ਪੜਚੋਲ ਵੀ ਕੀਤੀ ਜਾ ਰਹੀ ਹੈ। ਸੁਖਬੀਰ ਬਾਦਲ ਦੇ ਚਿਹਰੇ ਕੋਈ ਡਰ ਨਹੀਂ ਹੈ, ਕੋਈ ਡਰ ਨਹੀਂ ਕਿਉਂਕਿ ਸਾਡੇ ਕੋਲੇ ਕਹਿਣ ਨੂੰ ਬਹੁਤ ਕੁਛ ਹੈ, ਸਾਡੇ ਕੋਲੇ ਲੋਕਾਂ ਵਿੱਚ ਜਾਣ ਨੂੰ ਬਹੁਤ ਕੁਛ ਹੈ। ਦੇਖੋ ਮੈਂ ਤੁਹਾਨੂੰ 1 ਮਿੰਟ ਦੇ ਵਿੱਚ ਮੈਂ ਆਪਣੀ ਗੱਲ ਖਤਮ ਕਰੂੰਗਾ। ਪੰਜਾਬ ਦੇ ਵਿੱਚ ਫਲਾਈਓਵਰਾਂ ਦੀ ਗੱਲ ਹੋਵੇ, ਪੰਜਾਬ ਦੇ ਵਿੱਚ ਰੋਡ ਕਨੈਕਟੀਵਿਟੀ ਦੀ ਗੱਲ ਹੋਵੇ, ਐਮੀਨੈਂਸ ਸਕੂਲ ਦੀ ਗੱਲ ਹੋਵੇ, ਬਿਜ਼ਨਸ ਸਕੂਲ ਦੀ, ਨੋ ਕਿਉਂ ਨਹੀਂ ਕਰਦੀ? ਮੈਂ ਤੁਹਾਨੂੰ ਸਰਕਾਰਾਂ ਨੇ ਕਰਨਾ ਹੀ ਕਰਨਾ, ਕਿਉਂ ਨਹੀਂ ਕਰਨਾ? ਕਿਉਂ ਨੋ ਕਿਉਂ ਨਹੀਂ ਕਰਨਾ? ਉਪਲਬਧੀ ਨਹੀਂ ਹੈ, 2.5 ਸਾਲ ਸਰਕਾਰਾਂ ਬਣਦੀਆਂ ਇਸ ਕੰਮ ਨੂੰ ਲੈ ਕੇ, ਤੁਹਾਨੂੰ ਲੱਗਦਾ 2.5 ਸਾਲ ਕਰਨਾ ਹੀ ਵਿਕਾਸ ਹੋ ਗਿਆ, ਕੋਈ ਦੂਜਾ ਕੰਮ ਨਹੀਂ ਕਰਦਾ? ਤੁਸੀਂ ਮੇਰੀ ਗੱਲ ਦੱਸੋ, ਆ 2.5 ਸਾਲ ਹੋ ਗਏ ਝਾੜੂ ਵਾਲਿਆਂ ਨੂੰ ਬਣਿਆ, 2.5 ਸਾਲ ਦੇ ਵਿੱਚ ਇੱਕ ਦੱਸ ਦੋ ਵੀ ਕਾਲ ਜਗਨ, ਮੈਂ ਤੁਹਾਨੂੰ ਦੱਸਦਾ ਮੈਂ 10 ਸਾਲ ਦੇ ਵਿੱਚ ਇੱਡਾ ਵਿਕਾਸ ਕਰਤਾ, ਤੇ ਹੁਣ ਤੁਹਾਡੀ ਹਾਲਤ ਕੀ ਹੈ ਕਿ ਤੁਸੀਂ 13 ਉਮੀਦਵਾਰ ਲੱਭ ਪਾਏ ਚੱਜ? ਮੈਂ ਤੁਹਾਨੂੰ ਦੱਸ ਰਿਹਾ, ਉਹਨੇ ਕਿੱਥੋਂ ਚਿਹਰੇ ਲਿਆਂਦੇ ਆ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਜੀ ਵੀ ਅਕਾਲੀ ਦਲ ਦੇ ਉਮੀਦਵਾਰ ਨੇ, ਅਸੀਂ ਤਾਂ ਕਿਤੋਂ ਫੜ ਕੇ ਨਹੀਂ ਲੈ ਕੇ ਆਂਦੇ, ਇਹਨਾਂ ਇਹ ਪਾਰਟੀਆਂ ਵਾਲੇ ਇੱਕ ਦੂਸਰੇ ਦੀ ਪਾਰਟੀ ਦੇ ਵਿੱਚੋਂ, ਸਾਡੀ ਪਾਰਟੀ ਦੇ ਵਿੱਚੋਂ, ਉਧਰ ਦੂਸਰੀ ਦੀ ਪਾਰਟੀ ਦੇ ਵਿੱਚ ਕੱਢ ਕੇ ਲੈ ਕੇ ਗਏ, ਤਾਂ ਪਿੱਛੇ ਸੁੱਟਦੇ ਆ ਨਾ? ਕੋਈ ਗੱਲ ਨਹੀਂ, ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਕਹਿਣਾ ਇਹਦਾ ਮਤਲਬ ਇਹ ਹੈ ਕਿ ਅਸੀਂ ਵੋਟ ਰਾਜਨੀਤੀ ਦੇ ਤਹਿਤ ਆਪਣੇ ਅਸੂਲਾਂ ਨੂੰ ਛੱਡ ਦਈਏ, ਅਸੀਂ ਆਪਣੇ ਪੰਥ ਨੂੰ ਛੱਡ ਦਈਏ, ਅਸੀਂ ਆਪਣੀ ਸਿੱਕੀ ਨੂੰ ਛੱਡ ਦਈਏ, ਅਸੀਂ ਪੰਜਾਬ ਦੇ ਮੁੱਦਿਆਂ ਨੂੰ ਛੱਡ ਦਈਏ, 90 ਲੱਖ ਰੁਪਏ ਉਹਦੇ ਹੱਕ 'ਚ ਖਰਚਣਾ, ਆ ਪੰਥੀ ਆ ਤੁਹਾਡਾ, ਸਲਾਵਤਪੁਰਾ ਕਾਂਡ ਕਰਾਉਣਾ, ਸੈਣੀ ਨੂੰ ਲਾਉਣਾ, ਫਰੀਦਕੋਟ ਕਾਂਡ, ਇਹ ਪੰਥੀ ਆ ਤੁਹਾਡਾ, ਇਹਦੇ ਇਹ ਕੌਮ ਦੀ ਚੜ੍ਹਦੀ ਕਲਾਈ ਹੈ, ਨਹੀਂ ਇਹਦੇ ਲਈ, ਇਹਦੇ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹੈ, ਪਾਰਟੀ ਪ੍ਰਧਾਨ ਨੇ ਕੀ ਕਰਨਾ ਹੁੰਦਾ? ਪਾਰਟੀ ਪ੍ਰਧਾਨ ਕਿਉਂ ਜੀ, ਪਾਰਟੀ ਪ੍ਰਧਾਨ ਜ਼ਿੰਮੇਵਾਰ ਨਹੀਂ ਹੈ? ਸਾਰੀ ਦੁਨੀਆ ਜਾਣਦੀ ਹੈ ਕਿ ਐਸਜੀਪੀਸੀ ਦਾ
ਪ੍ਰਧਾਨ ਜਿਹੜੀ ਪਰਚੀ ਬਾਦਲ ਸਾਹਿਬ ਦਿੰਦੇ ਸੀ ਉਹਨਾਂ ਬਣਦਾ ਸੀ, ਬਿਲਕੁਲ ਠੀਕ ਹੈ। ਕਦੀ ਉੱਥੇ ਚੋਣ ਤਾਂ ਡੈਮੋਕ੍ਰੇਟਿਕ ਤਰੀਕੇ ਨਾਲ ਹੋਈ ਨਹੀਂ, ਬਾਦਲ ਸਾਹਿਬ ਨੇ ਜਿਹੜੀ ਪਰਚੀ ਦੇ ਦਿੱਤੀ ਉਹਦਾ ਹਜੇ ਚੋਂ ਪ੍ਰਧਾਨ ਨਿਕਲਦਾ ਸੀਗਾ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਇਸ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ। ਤੁਸੀਂ ਇਹਨੂੰ ਇਹ ਕਹਿ ਕੇ ਨਹੀਂ ਬਚ ਸਕਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਦਰੂਨੀ ਮਸਲਾ ਆ, ਤੁਸੀਂ ਜੋ ਮਰਜ਼ੀ ਕਹੀ ਜਾਓ, ਲੋਕਾਂ ਨੇ ਤੁਹਾਨੂੰ ਹਰ ਚੀਜ਼ ਨੂੰ ਜੱਜ ਕਰਨਾ। ਔਰ ਤੁਹਾਡਾ ਗ੍ਰਾਫ ਡੇ ਬਾਈ ਡੇ ਹੁੰਦਾ, ਆਉਣ ਵਾਲੇ ਸਮੇਂ 'ਚ ਬਲਾਕ ਸਮਿਤੀਆਂ ਦੇ ਇਲੈਕਸ਼ਨ ਆਉਣੇ ਆ, ਤੁਹਾਨੂੰ ਤੁਹਾਡੀ ਜ਼ਮੀਨ ਪਤਾ ਲੱਗ ਜਾਊਗੀ ਕਿੰਨੇ ਕੁ ਪਾਣੀ 'ਚ। ਹਾਂ, ਤੁਸੀਂ ਪਿੰਡਾਂ ਵਾਲੀ ਪਾਰਟੀ ਆਪਣੇ ਆਪ ਨੂੰ ਕਹਿੰਦੇ ਹੋ, ਬਲਾਕ ਸਮਿਤੀ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਆਉਣੇ ਆ, ਇਸ ਲਈ ਹਾਲੇ ਵੀ ਆਤਮ ਪੜਚੋਲ ਆਪਣੀ ਕਰੋ ਵੀ ਕਿਉਂ ਆਪਾਂ ਹਾਰੇ, ਕਿਉਂ ਆਪਾਂ ਲੋਕਾਂ ਤੋਂ ਦੂਰ ਜਾ ਰਹੇ ਹਾਂ, ਅਤੇ ਉਹਦੇ ਕੀ ਆਪਾਂ ਕਰਨਾ। ਬਾਕੀ ਬਗਾਵਤ ਵੀ ਹੋ ਗਈ ਜਿਹੜੀ ਪਾਰਟੀ 'ਚ, ਇਹ ਤਾਂ ਇਹਨਾਂ ਨੇ ਦੇਖਣਾ ਨਾ ਜੀ। ਤੁਸੀਂ ਕਿਸੇ 'ਤੇ ਇਲਜ਼ਾਮ ਲਾ ਕੇ ਆਪਣਾ ਕੁਨਬਾ ਨਹੀਂ ਬਚਾ ਪਾ ਰਹੇ, ਇਹ ਕੋਈ ਅੱਛੀ ਗੱਲ ਨਹੀਂ ਆ। ਆਪਾਂ ਲੋਕਤੰਤਰ ਦੇ ਵਿੱਚ ਆ, ਹਰ ਪਾਰਟੀ ਨੇ ਅਪ ਵੀ ਹੋਣਾ, ਡਾਊਨ ਵੀ ਹੋਣਾ। ਅਤੇ ਜੇ ਕੋਈ ਪਾਰਟੀ ਉੱਪਰ ਜਾਂਦੀ ਆ ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਦੂਸਰੀ ਪਾਰਟੀ 'ਚ ਬਹੁਤ ਕਾਬਲ ਲੀਡਰ ਸੀਗੇ। ਇੱਕ ਗੱਲ ਮੇਰੇ ਜ਼ਿਹਨ 'ਚ ਆ ਰਹੀ ਹੈ, ਕਹਿੰਦੇ ਸਿਆਣੇ ਕਹਿੰਦੇ ਆ ਵੀ ਗਲਤੀ ਹੋ ਜੇ ਮੰਨ ਲਓ ਤਾਂ ਦੁਬਾਰਾ ਨਹੀਂ ਹੁੰਦੀ, ਜੇ ਨਹੀਂ ਮੰਨੋਗੇ ਤਾਂ ਬਾਰ ਬਾਰ ਕਰੋਗੇ। ਉਹੀ ਚੀਜ਼ ਤੁਹਾਡੀ ਹੈ, ਗਲਤੀ ਮੰਨ ਨਹੀਂ ਰਹੇ ਹਲੇ ਵੀ ਤੁਸੀਂ। ਨਹੀਂ ਨਹੀਂ, ਦੇਖੋ ਸੁਖਬੀਰ ਜੀ ਨੇ ਜਾ ਕੇ ਆਪਣੇ ਆਪ ਜਾ ਕੇ ਅਕਾਲ ਤਖ਼ਤ ਸਾਹਿਬ ਦੇ ਜਾ ਕੇ ਆਪਣੇ ਆਪ ਇਸ ਗੱਲ ਦਾ ਪਸ਼ਚਾਤਾਪ ਕੀਤਾ ਕਿ ਉਹਨਾਂ ਦੇ ਸਮੁੱਚੇ ਪਰਿਵਾਰ ਨੇ ਜੋੜੇ ਝਾੜਾਂ ਦੀ ਸੇਵਾ ਕੀਤੀ, ਲੰਗਰ ਦੀ ਸੇਵਾ ਕੀਤੀ, ਹਰ ਤਰ੍ਹਾਂ ਦੀ ਖਿਮਾ ਜਾਚਨਾ ਕੀਤੀ। ਉਹਦਾ ਇੱਕੋ ਇੱਕ ਮਕਸਦ ਸੀ ਕਿ ਉਹਨਾਂ ਦੇ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਕੋਈ ਜਾਣੇ ਅਣਜਾਣੇ, ਉਹਨਾਂ ਦੀ ਸਰਕਾਰ ਵੱਲੋਂ ਜਾਣੇ ਅਣਜਾਣੇ ਕੋਈ ਗਲਤੀਆਂ ਹੋਈਆਂ ਹੋਣਗੀਆਂ। ਜੇ ਕੋਈ ਖੁਨਾਮੀ ਹੋਈ ਵੀ ਹੈ ਉਹਦੀ ਉਹ ਖਿਮਾ ਜਾਚਨਾ ਕਰਦੇ। ਅਕਾਲ ਤਖ਼ਤ ਸਾਹਿਬ ਤੋਂ ਤਾਂ ਵੱਡਾ ਕੋਈ ਨਹੀਂ, ਅਸੀਂ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਨਹੀਂ ਨਾ ਦਿਖਾ ਸਕਦੇ। ਉਹੀ ਫਿਰ ਸ਼ਬਦ ਪੂਰੇ ਹੋ ਗਏ ਸੀ ਨਾ, ਬੀਬੀ ਬਾਦਲ ਕਹਿੰਦੀ ਜਿਹਨਾਂ ਨੇ ਬੇਅਦਬੀ ਕਰਾਈਆਂ ਕੱਖ ਨਾ ਰਹੇ, ਉਹ ਗੱਲ ਪੂਰੀ ਵੀ ਹੋ ਗਈ ਫਿਰ। ਨਹੀਂ ਜੇ ਗੱਲ ਹੁੰਦੀ ਫਿਰ ਬੀਬੀ ਤੇ ਜੜ ਤਾਂ ਬੀਬੀ ਨੇ ਲਾਈ ਨਾ ਫਿਰ। ਦੇਖੋ ਜਿਹੜਾ ਹਰ ਬੰਦਾ, ਹਰ ਖਿਡਾਰੀ ਆ ਜਿਹੜਾ ਉਹ ਮਤਲਬ ਆਪਣਾ 100% ਦਿੰਦਾ ਗਰਾਊਂਡ ਦੇ ਵਿੱਚ ਜਾ ਕੇ, ਤੇ ਉਹ ਅੱਗੇ ਲੋਕਾਂ ਨੇ ਫੈਸਲਾ ਕਰਨਾ ਹੁੰਦਾ, ਉਹ ਅਸੀਂ ਲੋਕਾਂ ਦੇ ਫਤਵੇ ਦਾ ਜਿਹੜਾ ਸਿਰ ਝੁਕਾ ਕੇ ਇਸ ਗੱਲ ਦਾ ਸਤਿਕਾਰ ਕਰਦੇ ਆ। ਔਰ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਜ਼ਰੀਏ ਮੈਂ ਇਹ ਗੱਲ ਫਿਰ ਤੁਹਾਨੂੰ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਜਾਓ ਲੋਕਾਂ ਦੀਆਂ ਆਸਾਂ ਉਮੀਦਾਂ, ਪੰਜਾਬ ਦੇ ਹਰ ਵਰਗ ਦੀ ਜਿਹੜੀ ਆਸ ਉਮੀਦ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਉਹਨਾਂ ਦੀਆਂ ਨਜ਼ਰਾਂ ਨੇ। ਕਿਉਂਕਿ ਜੇ ਪੰਜਾਬ ਦੇ ਹੱਕਾਂ ਦੀ ਰਾਖੀ ਕੋਈ ਕਰ ਸਕਦਾ, ਪੰਜਾਬ ਦੀ ਬਿਹਤਰੀ ਦੀ ਕੋਈ ਗੱਲ ਕਰ ਸਕਦਾ, ਪੰਜਾਬ ਦੀ ਡਿਵੈਲਪਮੈਂਟ ਦੀ, ਪੰਜਾਬ ਦੇ ਉਥਾਨ ਦੀ ਕੋਈ ਗੱਲ ਕਰ ਸਕਦਾ, ਉਹ ਇੱਕੋ ਇੱਕ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ। ਹੁਣ ਮੇਰਾ ਸਵਾਲ ਤੁਹਾਨੂੰ ਦੋਨਾਂ ਆਗੂਆਂ ਨੂੰ ਹੋਏਗਾ, ਆਪਣਾ ਨਰੰਗ ਸਾਹਿਬ ਸਿੱਧਾ ਸਵਾਲ ਹੈ, ਕਹਿੰਦੇ ਵੀ ਐਦਕੀ ਵੀ ਇੱਕ ਰਸਮੀ ਐਲਾਨ ਨਹੀਂ ਹੋਇਆ ਸੀਗਾ, ਤੇ ਇਹ ਜਿਹੜਾ ਮੈਂ ਇਲਜ਼ਾਮ ਤੁਹਾਡੇ ਤੇ ਲਾ ਰਿਹਾ ਦੀ ਪੁਸ਼ਤ ਪਰਹੀ ਜਿਹੜੀ ਕਰ ਰਿਹਾ, ਕਹਿੰਦੇ ਇਹ ਰਸਮੀ ਐਲਾਨ ਹੋਣਾ ਬਾਕੀ ਹੈ, ਤੁਹਾਡੀ ਜੱਫੀ ਪੈਣੀ ਓ ਪੈਣੀ ਹੈ ਅਕਾਲੀ ਦਲ ਨਾਲ, ਤੁਹਾਡੇ ਵੀ ਪੈਰ ਨਹੀਂ ਲੱਗਣੇ ਪੰਜਾਬ 'ਚ ਉਹਦੇ ਬਿਨਾਂ, ਕੀ ਕਹਿੰਦੇ ਹੋ ਇਸ 'ਤੇ? ਮਰਵਾਹ ਸਾਹਿਬ ਦੇਖੋ, ਅੱਜ ਦੀ ਤਰੀਕ ਦੇ ਵਿੱਚ ਸਾਡਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾ ਕੋਈ ਸਮਝੌਤਾ ਹੈ ਨਾ ਹੀ ਇਹ ਹੋਣਾ, ਕਿਉਂਕਿ ਅਸੀਂ ਆਪਣੀ ਗਰਾਊਂਡ ਅਸੈਸ ਕਰ ਲਈ ਹੈ, ਲੋਕਾਂ ਨੇ ਸਾਡੇ 'ਤੇ ਵਿਸ਼ਵਾਸ ਕੀਤਾ, ਅਸੀਂ 18% 'ਤੇ ਆ ਗਏ ਹਾਂ, ਅਗਲੇ ਵਾਰ ਨੂੰ ਅਸੀਂ ਸੀਟਾਂ ਵੀ ਜਿੱਤ ਕੇ ਆਵਾਂਗੇ। ਅਤੇ ਭਾਰਤੀ ਜਨਤਾ ਪਾਰਟੀ ਨੂੰ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਨਹੀਂ ਚਾਹੀਦਾ, ਕਿਉਂਕਿ ਲੋਕਾਂ ਦੇ ਵਿੱਚ ਇਹਨਾਂ ਦਾ ਅਕਸ ਬਹੁਤ ਖਰਾਬ ਹੋ ਚੁੱਕਾ। ਜੇ ਅਸੀਂ ਇਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਜਿਹੜਾ ਸਾਡਾ ਵੋਟ ਬੈਂਕ ਆ ਉਹ ਵੀ ਖਤਮ। ਤੁਸੀਂ ਵੀ ਇਸ ਸਵਾਲ ਦਾ ਜਵਾਬ ਦਿੱਤੋ, ਕਦੋਂ ਜੱਫੀ ਪੈਣੀ ਤੁਹਾਡੀ ਭਾਜਪਾ ਨਾਲ? ਹਾਲ ਤਾਂ ਤੁਸੀਂ ਇਲਜ਼ਾਮ ਲਾ ਰਹੇ ਹੋ ਵੀ ਤੁਹਾਨੂੰ ਖਰਾਬ। ਦੇਖੋ, ਗੱਲ ਸਾਨੂੰ ਕਿਸੇ ਗੱਲ ਦੀ ਨਹੀਂ, ਸਾਡੇ ਲਈ ਜਿਹੜੀ ਤਰਜੀਹੀ ਤੌਰ 'ਤੇ ਬੰਦੀ ਸਿੰਘਾਂ ਦਾ ਮਸਲਾ ਹੈ, ਸਾਡੇ ਕਿਸਾਨੀ ਜਿਹੜੇ ਕਾਨੂੰਨਾਂ ਦਾ ਮਸਲਾ ਹੈਗਾ, ਉਹ ਸਾਨੂੰ ਕਲੀਅਰੈਂਸ ਮਿਲ ਜਾਂਦੀ, ਸਾਡਾ ਕੋਈ ਦਿੱਕਤ ਨਹੀਂ। ਪਰ ਜਿੱਥੋਂ ਅਸੀਂ ਆਪਣੀ ਸਿਆਸਤ ਵਾਸਤੇ, ਮੈਂ ਮਰਵਾਹ ਸਾਹਿਬ ਤੁਹਾਡੀ ਗੱਲ ਦੇ ਜਵਾਬ, ਮੈਂ ਤੁਹਾਡੀ ਗੱਲ ਦਾ ਹੀ ਜਵਾਬ ਦੇ ਰਿਹਾ ਕਿ ਸਿਆਸਤ ਕਰਨ ਦੇ ਵਾਸਤੇ ਅਸੀਂ ਪੰਜਾਬ ਦੇ ਹੱਕਾਂ ਨੂੰ ਤਲਾਂਜਲੀ ਨਹੀਂ ਦਿੱਤੀ ਜਾ ਸਕਦੀ। ਹਾਂ, ਜਿੱਥੋਂ ਤੱਕ ਪੰਜਾਬ ਦੇ ਹੱਕਾਂ ਦੀ ਗੱਲ, ਜਿਹੜੀ ਵੀ ਪਾਰਟੀ, ਜਿਹੜੇ ਵੀ ਧੜਾ, ਜਿਹੜਾ ਵੀ ਗਰੁੱਪ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ, ਉਸ ਦੇ ਲਈ ਸਾਡੇ ਨਾਲ ਹੱਥ ਮਿਲਾਉਣ ਲਈ
ਅੱਗੇ ਵਧਾਊਗਾ, ਅਸੀਂ ਤਾਂ ਅੱਗੇ ਦੋ ਕਦਮ ਜਾਵਾਂਗੇ ਜਿਹੜੀ ਸਾਡੀ। ਸੋ ਚਰਚਾ ਚੱਲ ਰਹੀ ਸੀ ਕਿ ਅੱਜ ਜੋ ਅਕਾਲ ਤਖ਼ਤ ਸਾਹਿਬ ਤੇ ਹੋਇਆ ਸ਼੍ਰੋਮਣੀ ਅਕਾਲੀ ਦਲ, ਚਾਰ ਕਾਂਡ ਇੱਕ ਵਾਰ ਫਿਰ ਜ਼ਿਕਰ ਕਰ ਰਿਹਾ, ਸਲਾਵਤਪੁਰਾ ਕਾਂਡ, DGP ਸੈਣੀ ਨੂੰ ਪੰਜਾਬ ਪੁਲਿਸ ਦਾ ਚੀਫ ਲਾਉਣਾ, ਉਸ ਤੋਂ ਬਾਅਦ ਫਰੀਦਕੋਟ ਕਾਂਡ ਤੇ ਜਿਹੜਾ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਜ਼ਬਰਦਸਤੀ ਡੇਰਾ ਸੱਚਾ ਸੌਦਾ ਸਿਰਸਾ ਨੂੰ ਕਲੀਨ ਚਿੱਟ ਦਿਵਾਉਣਾ, ਕਿ ਵਾਕਈ ਇਹ ਉਹ ਚਾਰ ਘੁਣ ਨੇ ਜਿਹੜੇ ਚਿੰਬੜ ਗਏ ਸ਼੍ਰੋਮਣੀ ਅਕਾਲੀ ਦਲ ਨੂੰ। ਪਰ ਸ਼ਮਸ਼ੇਰ ਪੁਰਖਾਲਵੀ ਜਿਹੜੇ ਪਾਰਟੀ ਦੇ ਜਥੇਬੰਦਕ ਸਕੱਤਰ ਨੇ ਸਿੱਧਾ ਇਨਕਾਰ ਕਰ ਰਹੇ, ਕਹਿੰਦੇ ਨਹੀਂ ਸਾਡਾ ਕੁਛ ਨਹੀਂ ਵਿਗੜਿਆ, ਭਾਜਪਾ ਸਾਨੂੰ ਖਰਾਬ ਕਰ ਰਹੀ ਹੈ, ਵੀ ਹਲੇ 3-13 ਵਾਲੀ ਸਥਿਤੀ ਪੰਜਾਬ 'ਚ ਹੋ ਚੁੱਕੀ ਹੈ, ਇਸ ਚੀਜ਼ ਨੂੰ ਸਵੀਕਾਰ ਜ਼ਰੂਰ ਨਹੀਂ ਕੀਤਾ। ਕਹਿੰਦੇ ਭਾਜਪਾ ਖਰਾਬ ਕਰ ਰਹੀ ਹੈ, ਅਤੇ ਸਿੱਧੇ ਤੌਰ 'ਤੇ ਇਹਨਾਂ ਨੇ ਕਿਹਾ ਭਾਜਪਾ ਦੇ ਬੁਲਾਰੇ ਨਾਰੰਗ ਸਾਹਿਬ ਨੇ ਕਿ ਅਸੀਂ ਆਪਣੀਆਂ ਜੜ੍ਹਾਂ ਲਾ ਰਹੇ ਹਾਂ, ਅਸੀਂ ਕਿਸੇ ਦੂਜੇ ਦੀਆਂ ਜੜ੍ਹਾਂ ਵੱਢ ਨਹੀਂ ਰਹੇ। ਪੰਜਾਬ ਕਿੱਧਰ ਜਾ ਰਿਹਾ, ਪੰਜਾਬੀਅਤ ਕਿੱਧਰ ਜਾ ਰਹੀ ਹੈ, ਸਾਹਮਣੇ ਆ ਜਾਏਗਾ ਜਿਵੇਂ ਜਿਵੇਂ ਦਿਨ ਅੱਗੇ ਵਧਣਗੇ। ਸਿਆਸੀ ਫਿਜ਼ਾ ਕੀ ਹੋਰ ਘੁਲਦਾ ਮਿਲਦਾ ਦੇਖਣਾ ਬਾਕੀ।